ਮੁੱਦੇ ਦੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਰਿੰਦਰ ਟਲ। ਦੋ ਤਿੰਨ ਵੱਡੀਆਂ ਖਬਰਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਆਲੇ ਦੁਆਲੇ ਅੱਜ ਮੁੱਦੇ ਦੀ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਇੱਕ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਅਗਲੇ 10 ਦਿਨਾਂ ਦੇ ਵਿੱਚ ਕੁਝ ਜੇਲ੍ਹਾਂ ਦੀ ਸੁਰੱਖਿਆ ਜਿਹੜੀ ਉਹ CISF ਦੇ ਹਵਾਲੇ ਕੀਤੀ ਜਾ ਰਹੀ ਹੈ, ਭਾਵ ਹੁਣ ਨੀਮ ਫੌਜੀ ਦਸਤੇ ਪੰਜਾਬ ਦੀਆਂ ਜੇਲ੍ਹਾਂ ਸਾਂਭਣਗੇ। ਇੱਥੇ ਸਵਾਲ ਇਹ ਵੱਡਾ ਖੜਾ ਹੁੰਦਾ, ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਅਤੇ DGP ਅਤੇ ਜੇਲ੍ਹ ਮੰਤਰੀ ਇਹ ਕਹਿੰਦੇ ਰਹੇ ਕਿ ਪੰਜਾਬ ਪੁਲਿਸ ਅਤੇ ਪੰਜਾਬ ਦਾ ਜੇਲ੍ਹ ਪ੍ਰਸ਼ਾਸਨ ਸਮਰੱਥ ਹੈ ਪੰਜਾਬ ਦੀਆਂ ਜੇਲ੍ਹਾਂ ਨੂੰ ਕੰਟਰੋਲ ਕਰਨ ਲਈ। ਫਿਰ ਕੇਂਦਰੀ ਸੁਰੱਖਿਆ ਬਲਾਂ ਦੀ ਜ਼ਰੂਰਤ ਕਿਉਂ ਪਈ? ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਨੇ ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਨਾਲ ਜਦੋਂ ਮੁਲਾਕਾਤ ਕੀਤੀ ਸੀ ਦਿੱਲੀ 'ਚ, ਉਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਬੇਨਤੀ ਕਰਕੇ ਆਏ ਸੀ ਕਿ ਸਾਡੇ ਤੋਂ ਜੇਲ੍ਹਾਂ ਸਾਂਭੀਆਂ ਨਹੀਂ ਜਾ ਰਹੀਆਂ, ਸਾਨੂੰ ਕੇਂਦਰੀ ਦਸਤੇ ਦਿਓ। ਦੋ ਕੰਪਨੀਆਂ ਤੈਨਾਤ ਹੋਣਗੀਆਂ CISF ਦੀਆਂ। ਸੋ ਹੁਣ ਇਹ ਸਵਾਲ ਬਹੁਤ ਵੱਡਾ, ਕਿ ਪੰਜਾਬ ਦੀ ਪੁਲਿਸ ਦਾ ਐਡਾ ਜ਼ਿਆਦਾ ਰਾਜਨੀਤਿਕ ਕਰਨ ਹੋ ਚੁੱਕਿਆ ਕਿ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਨਾ ਤਾਂ ਮੁੱਖ ਮੰਤਰੀ ਅਤੇ ਨਾ ਜੇਲ੍ਹ ਮੰਤਰੀ ਪੰਜਾਬ ਦੀਆਂ ਜੇਲ੍ਹਾਂ ਨੂੰ ਅਸਲ ਸੁਧਾਰ ਘਰ ਬਣਾ ਸਕਦੇ ਨੇ? ਇੱਕ ਤਰੀਕੇ ਨਾਲ ਪੰਜਾਬ ਸਰਕਾਰ ਨੇ ਹਿੰਮਤ ਹਾਰ ਲਈ ਹੈ ਅਤੇ ਇਹ ਨਵਾਂ ਤਜਰਬਾ ਕੀਤਾ ਜਾ ਰਿਹਾ। ਅਤੇ ਜੇ ਜੇਲ੍ਹਾਂ ਦੇ ਵਿੱਚ CISF ਤੈਨਾਤ ਹੋ ਰਹੀ ਹੈ ਅਤੇ ਫਿਰ ਰੇਤੇ ਦੀਆਂ ਖੱਡਾਂ ਪੰਜਾਬ ਪੁਲਿਸ ਦੇ ਭਰੋਸੇ 'ਤੇ ਕਿਵੇਂ ਛੱਡੀਆਂ ਜਾ ਸਕਦੀਆਂ ਨੇ? ਮੰਗ ਰੇਤ ਖੱਡਾਂ 'ਤੇ ਫੌਜ ਦੀ ਤੈਨਾਤੀ ਦੀ ਵੀ ਵੱਡੇ ਪੱਧਰ 'ਤੇ ਉੱਠ ਰਹੀ ਹੈ, ਔਰ ਜਿੱਥੋਂ ਤੱਕ ਮੇਰੀ ਸਮਝ ਹੈ ਆਉਂਦੇ ਕੁਝ ਦਿਨਾਂ ਦੇ ਵਿੱਚ ਇਸ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਕੁਝ ਸਮਾਜ ਸੇਵੀ ਲੋਕ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਲਾਉਣ ਵਾਲੇ ਨੇ ਕਿ ਪੰਜਾਬ ਦੀ ਮਾਈਨਿੰਗ ਦਾ ਸਾਰਾ ਕੰਮ ਫੌਜ ਦੇ ਹਵਾਲੇ ਕੀਤਾ ਜਾਵੇ, ਕਿਉਂਕਿ ਸਿਰਫ ਸੂਬੇ ਦਾ ਨੁਕਸਾਨ ਨਹੀਂ ਹੈ ਰੇਤ ਖੱਡਾਂ ਦੀ ਗੈਰ ਕਾਨੂੰਨੀ ਤੋੜ ਭੰਨ, ਇਹ ਸਾਡੇ ਦਰਿਆਵਾਂ ਲਈ ਵੀ ਖਤਰਾ ਹੈ, ਇਹ ਪੰਜਾਬ ਲਈ ਵੀ ਖਤਰਾ ਹੈ ਅਤੇ ਮੁਲਕ ਲਈ ਵੀ ਖਤਰਾ ਹੈ। ਇਹ ਪਹਿਲੂ ਵੱਡੇ ਬਣ ਗਏ ਨੇ। ਤੀਸਰਾ, ਅਜਵਿੰਦਰ ਸਿੰਘ ਦਾ ਨਾਮ ਸੁਪਰ ਹਿੱਟ ਫਿਲਮ ਵਾਂਗ ਪੰਜਾਬ 'ਚ ਬੱਚੇ ਬੱਚੇ ਨੂੰ ਪਤਾ ਲੱਗ ਗਿਆ। ਅਮਰਜੀਤ ਸਿੰਘ ਸੰਦੋਏ ਦੇ ਨਾਲ ਜਿਹੜਾ ਭੇੜ ਉਹਨਾਂ ਦਾ ਹੋਇਆ ਸੀ ਦਰਿਆ ਦੇ ਕੰਢੇ 'ਤੇ, ਉਹ ਵੀਡੀਓ ਲਗਭਗ ਸਾਰੇ ਬੱਚੇ ਪੰਜਾਬ ਦੇ ਦੇਖ ਚੁੱਕੇ ਨੇ, ਜਿਵੇਂ ਅਕਾਲੀ ਦਲ ਦੇ ਮੰਤਰੀ ਸੁੱਚਾ ਸਿੰਘ ਵਾਲੀ ਵੀਡੀਓ ਬੱਚੇ ਬੱਚੇ ਨੇ ਦੇਖੀ ਸੀ। ਸੋ ਹੁਣ ਅਜਵਿੰਦਰ ਸਿੰਘ ਅਤੇ ਉਹਦੇ ਇੱਕ ਸਾਥੀ ਬਚਿੱਤਰ ਨੇ ਆਤਮ ਸਮਰਪਣ ਕਰ ਦਿੱਤਾ ਹੈ ਰੋਪੜ ਦੇ ਵਿੱਚ ਉਸੇ ਪੁਲਿਸ ਥਾਣੇ 'ਚ ਜਿੱਥੇ ਉਹਨਾਂ ਦੇ ਖਿਲਾਫ਼ ਕੇਸ ਦਰਜ ਹੈ। ਹੁਣ ਸੰਕੇਤ ਕਈ ਤਰ੍ਹਾਂ ਦੇ ਬਣਦੇ ਨੇ, ਹੁਣ ਪੁਲਿਸ ਇਸ ਦਿਸ਼ਾ ਦੇ ਵਿੱਚ ਕੀ ਕਰੇਗੀ? ਸੁਖਪਾਲ ਖਹਿਰਾ ਨੇ ਫਿਰ ਇੱਕ ਵਾਰ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਔਰ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਮਾਈਨਿੰਗ ਦੇ ਮਾਮਲੇ 'ਤੇ ਕਾਂਗਰਸ 'ਤੇ ਅਸਫਲਤਾ ਦੇ ਇਲਜ਼ਾਮ ਲਾਏ ਨੇ। ਸੁਖਪਾਲ ਖਹਿਰਾ ਦੀ ਗੱਲ ਸੁਣ ਲਈਏ, ਜਿਹਨੇ ਹਰ ਫਰੰਟ 'ਤੇ ਅੱਜ ਕਾਂਗਰਸ ਨੂੰ ਮੁੜ ਫੇਲ ਕਰਾਰ ਦਿੱਤਾ। ਉਸ ਤੋਂ ਬਾਅਦ ਅੱਜ ਦੀ ਚਰਚਾ ਅੱਗੇ ਵਧਾਵਾਂਗੇ। ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਦਰਸ਼ਨ ਸਿੰਘ, ਜਿਹੜੇ ਕਿ DPRO ਰਹੇ ਨੇ ਲੰਮਾ ਸਮਾਂ, ਸੋ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਅੰਦਰੋਂ ਵੀ ਜਾਣਦੇ ਨੇ। ਸਾਡੇ ਦੂਸਰੇ ਮਹਿਮਾਨ ਨੇ ਗਗਨਦੀਪ ਸਿੰਘ ਤਰੀਕੇ, ਜਿਹੜੇ ਕਿ RTI ਸੈੱਲ ਦੇ ਵਾਈਸ ਚੇਅਰਮੈਨ ਨੇ ਕਾਂਗਰਸ ਦੇ, ਔਰ ਆਪਣੀ ਇਮਾਨਦਾਰ ਛਵੀ ਕਰਕੇ ਬਹੁਤ ਸਾਰੇ ਕਾਂਗਰਸ ਦੇ ਆਗੂ ਵੀ ਇਹਨਾਂ ਕੋਲੋਂ ਥੋੜ੍ਹੇ ਦੂਰ ਦੂਰ ਰਹਿੰਦੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸੁਖਪਾਲ ਖਹਿਰਾ ਦੀ ਗੱਲ ਸੁਣ ਲਈਏ, ਫਿਰ ਇਸ ਪੂਰੀ ਅਹਿਮ ਗੱਲ ਨੂੰ ਅੱਗੇ ਵਧਾਉਂਦੇ। ਮੈਂ ਸਮਝਦਾ ਕਿ ਜਿਹੜਾ ਅੱਜ ਵਾਤਾਵਰਨ ਹੈ ਨਸ਼ਿਆਂ ਨੂੰ ਲੈ ਕੇ, ਆਈ ਡੂ ਨੋਟ ਐਗਰੀ ਵਿਦ ਡਾਕਟਰ ਗਾਂਧੀ ਇਜ਼ ਅਪੀਲ। ਮੇਰਾ ਖਿਆਲ ਹੈ ਕਿ ਇੱਕ ਵਾਰ ਤਾਂ ਪੂਰੀ ਸਖਤੀ ਦੇ ਨਾਲ ਪੰਜਾਬ ਦੇ ਵਿੱਚ ਹਰ ਕਿਸਮ ਦੇ ਨਸ਼ੇ ਨੂੰ ਪਾਬੰਦੀ ਹੋਣੀ ਚਾਹੀਦੀ ਹੈ।
ਐਮਐਲਏ ਨੂੰ ਕਿਸੇ ਪਬਲਿਕ ਪਲੇਸ ਤੇ ਜਾਣ ਤੋਂ ਰੋਕਿਆ ਜਾਂਦਾ, ਉਸ ਨੂੰ ਕੁੱਟਿਆ ਜਾਂਦਾ, ਕੀ ਇਹ ਉਹਦੇ ਹਕੂਕ ਤੇ ਡਾਕਾ ਨਹੀਂ ਗਾ? ਇਸ ਲਈ ਮੋਦੀ ਸਾਹਿਬ ਨੂੰ ਮੈਂ ਕਹਿ ਸਕਦਾ ਵਾਂ ਕਿ ਠੀਕ ਆ, ਐਮਰਜੈਂਸੀ ਨੂੰ ਨਿੰਦਣਾ ਬਣਦਾ ਸਭ ਦਾ, ਲੇਕਿਨ ਜਿਹੜੀ ਅਨਐਲਾਨੀ ਐਮਰਜੈਂਸੀ ਅੱਜ ਸਾਡੇ ਦੇਸ਼ ਦੇ ਵਿੱਚ ਆ, ਜਾਤ ਪਾਤ ਧਰਮ ਨੂੰ ਲੈ ਕੇ ਹਮਲੇ ਨੇ, ਲੋਕਾਂ ਨੂੰ ਸਾੜ ਦਿੱਤਾ ਜਾਂਦਾ ਵਾ, ਲੋਕਾਂ ਨੂੰ ਲਿੰਚ ਕੀਤਾ ਜਾਂਦਾ ਕਿ ਤੂੰ ਆਹ ਕਿਉਂ ਖਾਂਦਾ, ਤੂੰ ਉਹ ਕਿਉਂ ਨਹੀਂ ਖਾਂਦਾ, ਤੂੰ ਆਹ ਕਿਉਂ ਨਹੀਂ ਪਹਿਨਦਾ, ਤੁਸੀਂ ਇੱਥੇ ਨਮਾਜ਼ ਪੜ੍ਹ ਸਕਦੇ, ਇੱਥੇ ਨਮਾਜ਼ ਨਹੀਂ ਪੜ੍ਹ ਸਕਦੇ, ਇਹ ਸਾਰੇ ਵੀ ਡਾਕੇ ਨੇ ਲੋਕਾਂ ਦੇ ਹਕੂਕ ਤੇ, ਜਿਹਦੇ 'ਤੇ ਮੋਦੀ ਸਾਹਿਬ ਨੂੰ ਚਿੰਤਾ ਕਰਨੀ ਚਾਹੀਦੀ ਹੈ। ਸੋ ਸੁਖਪਾਲ ਖਹਿਰਾ ਨੂੰ ਅਸੀਂ ਸੁਣਿਆ, ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਦੇ ਤੌਰ ਦੇ ਉੱਤੇ ਲਗਾਤਾਰ ਇਸ ਮਸਲੇ 'ਤੇ ਆਵਾਜ਼ ਬੁਲੰਦ ਕਰ ਰਹੇ ਨੇ, ਪਰ ਆਮ ਆਦਮੀ ਪਾਰਟੀ ਸੰਦੋਆ 'ਤੇ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਸੰਗਠਿਤ ਹੋ ਕੇ ਪੰਜਾਬ 'ਚ ਨਜ਼ਰ ਆਈ ਹੈ, ਹੁਣ ਵੱਡਾ ਸਵਾਲ ਇਹ ਬਣਦਾ ਹੈ ਕਿ ਆਮ ਆਦਮੀ ਪਾਰਟੀ ਮਾਈਨਿੰਗ ਨੂੰ, ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਸਫਲਤਾ ਹਾਸਲ ਕਰਕੇ ਵਿਰੋਧੀ ਧਿਰ ਦੀ ਜਿੱਤ ਦੇ ਤੌਰ ਦੇ ਉੱਤੇ ਆਪਣਾ ਝੰਡਾ ਗੱਡੇਗੀ, ਜਾਂ ਇਹ ਮਾਮਲਾ ਖਤਮ ਹੋ ਜਾਏਗਾ, ਕੋਈ ਹੋਰ ਮੁੱਦਾ ਆਏਗਾ ਅਤੇ ਫਿਰ ਪੰਜਾਬ 'ਚ ਸਿਆਸਤ ਉਸ ਨਵੇਂ ਮੁੱਦੇ 'ਤੇ ਅੱਗੇ ਵਧੇਗੀ? ਦਰਸ਼ਨ ਜੀ, ਸਭ ਤੋਂ ਪਹਿਲਾ ਸਵਾਲ, ਆਮ ਆਦਮੀ ਪਾਰਟੀ ਮਾਈਨਿੰਗ ਦੇ ਖਿਲਾਫ, ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਜਿਸ ਮਜ਼ਬੂਤੀ ਦੇ ਨਾਲ ਪੰਜਾਬ 'ਚ ਨਜ਼ਰ ਆ ਰਹੀ ਹੈ, ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਕਾਮਯਾਬੀ ਮਿਲੇਗੀ ਜਦੋਂ ਸਰਕਾਰ ਸੁੰਨ ਹੋਈ ਨਜ਼ਰ ਆ ਰਹੀ ਹੈ? ਔਰ ਇੰਝ ਲੱਗ ਰਿਹਾ ਜਿਵੇਂ ਸਰਕਾਰਾਂ ਅੱਗੇ ਜਿੰਨੀ ਮਰਜ਼ੀ ਇਸ ਵਕਤ ਤੁਸੀਂ ਗੱਲ ਕਰੋ, ਸਰਕਾਰ ਦਾ ਬਿਲਕੁਲ ਇਹ ਮੰਨਣ ਨੂੰ ਮਾਦਾ ਨਹੀਂ ਹੈ ਕਿ ਪੰਜਾਬ 'ਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਅਜਿਹੀਆਂ ਸਥਿਤੀਆਂ 'ਚ ਮੁੱਦਾ ਖੜਾ ਕਿੱਥੇ ਹੈ? ਪੰਜਾਬ ਦੀ ਸਿਹਤ ਕੀ ਬਣੂ? ਡੱਲਾ ਜੀ, ਅੱਜ ਜਿਹੜੀ ਪੰਜਾਬ ਦੀ ਹਾਲਾਤ ਹੈ ਉਹ ਬਹੁਤ ਹੀ ਵਿਗੜ ਚੁੱਕੇ ਆ। ਅੱਜ ਮਾਈਨਿੰਗ ਦਾ ਮਾਮਲਾ ਇਹ ਨਹੀਂ ਹੈ ਕਿ ਮਾਈਨਿੰਗ ਕੋਈ ਮਾਈਨਿੰਗ ਮਾਫੀਆ ਕਰ ਰਿਹਾ, ਮਾਈਨਿੰਗ ਜਿਹੜੀ ਹੋ ਰਹੀ ਹੈ ਉਹ ਬਿਲਕੁਲ ਸਰਕਾਰ ਦੀ ਅਤੇ ਪੰਜਾਬ ਪੁਲਿਸ ਦੇ ਜਿਹੜੀ ਹੈ ਉਹਦੇ ਸਹਿਮਤੀ ਦੇ ਨਾਲ ਕਹਿ ਲਓ, ਉਹਦੀ ਪੂਰੀ ਜਿਹੜੀ ਹੈ ਅਗਵਾਈ ਦੇ ਵਿੱਚ ਹੋ ਰਹੀ ਹੈ। ਬਹੁਤ ਸਾਰੇ ਜਿਹੜੇ ਪੰਜਾਬ ਦੇ ਚੁਣੇ ਹੋਏ ਵਿਧਾਇਕ ਨੇ, ਉਹਨਾਂ ਦੇ ਅੱਗੇ ਜਿਹੜੇ ਪਾਰਟੀ ਦੇ ਸੈੱਲ ਨੇ ਉਹ ਸਾਰੇ ਮਾਈਨਿੰਗ ਦੇ ਵਿੱਚ ਲੱਗੇ ਹੋਏ ਨੇ। ਅੱਜ ਅਸੀਂ ਇਹ ਦੇਖਿਆ ਕਿ ਸਾਡੀ ਜਿੱਥੇ ਤੱਕ ਕਾਮਯਾਬੀ ਦੀ ਤੁਸੀਂ ਗੱਲ ਕਰਦੇ ਹੋ, ਅਸੀਂ ਕਾਮਯਾਬੀ ਲਈ ਨਹੀਂ ਕਰਦੇ, ਅਸੀਂ ਵਿਰੋਧੀ ਧਿਰ ਦਾ ਇਹ ਫਰਜ਼ ਹੈ ਕਿ ਹਰ ਮੁੱਦਾ ਪਬਲਿਕ ਇੰਟਰਸਟ ਦਾ ਉਹ ਉਠਾਏ। ਪਿਛਲੇ ਸਾਲ ਦੇ ਵਿੱਚ ਜਿਹੜੇ 10 ਸਾਲ ਪਿਛਲੇ ਲੰਘੇ ਨੇ, ਕਾਂਗਰਸ ਪਾਰਟੀ ਨੇ ਕਦੇ ਵੀ ਵਿਰੋਧੀ ਧਿਰ ਦਾ ਰੋਲ ਅਦਾ ਨਹੀਂ ਕੀਤਾ, ਵਿਧਾਨ ਸਭਾ ਦੇ ਅੰਦਰ ਵੀ, ਵਿਧਾਨ ਸਭਾ ਦੇ ਬਾਹਰ ਵੀ। ਇੰਨੀ ਜ਼ਿਆਦਾ ਮਾਈਨਿੰਗ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਵਿੱਚ ਵੀ ਹੋਈ ਹੈ। ਰੇਤਾ ਜਿਹੜਾ ਬਜਰੀ ਰੇਤਾ ਲੋਕਾਂ ਨੂੰ ਬਹੁਤ ਸਸਤੇ ਰੇਟ 'ਤੇ ਮਿਲਦਾ ਸੀ ਅਤੇ ਪਿਛਲੇ 10 ਸਾਲਾਂ ਦੇ ਵਿੱਚ ਵੀ ਬਹੁਤ ਮਹਿੰਗਾ ਮਿਲਿਆ। 2007 ਤੋਂ ਬਾਅਦ ਮੁੱਲ ਚੜ੍ਹੇ, 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਨੇ ਮਾਈਨਿੰਗ ਰੱਜ ਕੇ ਕਰਾਈ ਹੈ ਅਤੇ ਰੇਟ ਜਿਹੜੇ ਹੈਗੇ ਨੇ ਲੋਕਾਂ ਨੂੰ 30 ਅਤੇ 40 ਦੇ ਵਿਚਕਾਰ ਟਿੱਪਰ ਮਿਲਦਾ ਰਿਹਾ, ਸਾਰਿਆਂ ਨੇ ਦੇਖਿਆ। ਅਤੇ ਅੱਜ ਜਿਹੜਾ ਹੈਗਾ, ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ ਭ੍ਰਿਸ਼ਟਾਚਾਰ ਦੇ ਅਤੇ ਮਾਫੀਆ ਰਾਜ ਦੇ ਵਿਰੁੱਧ ਜ਼ੀਰੋ ਟੋਲਰੈਂਸ ਹੋਏਗੀ। ਅੱਜ ਜ਼ੀਰੋ ਟੋਲਰੈਂਸ ਦੀ ਬਜਾਏ ਸਾਰੇ ਲੋਕ ਦੇਖ ਰਹੇ ਨੇ ਸ਼ਰੇ ਆਮ ਮਾਈਨਿੰਗ ਹੋ ਰਹੀ ਹੈ ਅਤੇ ਸ਼ਰੇ ਆਮ ਜਿਹੜੀ ਹੈ ਕੋਈ ਜ਼ਰੂਰਤ ਨਹੀਂ ਕਰਦਾ। ਅੱਜ ਪੰਜਾਬ ਦੇ ਵਿੱਚ ਇੰਨਾ ਟੈਰੋਰਾਈਜ਼ ਕਰ ਦਿੱਤਾ ਗਿਆ ਜੀ। ਸ਼ਾਹਕੋਟ ਦੀ ਇਲੈਕਸ਼ਨ ਦਾ ਮੈਂ ਤੁਹਾਨੂੰ ਜਿਹੜਾ ਹੈਗਾ ਉੱਥੇ ਐਗਜ਼ਾਮਪਲ ਦਿੰਦਾ। ਸ਼ਾਹਪੁਰ ਦਾ ਜਿਹੜਾ ਕੈਂਡੀਡੇਟ ਸੀਗਾ ਲਾਡੀ, ਉਸ ਦੀ ਜਿਸ ਦਿਨ ਉਸਨੇ ਨੋਮੀਨੇਸ਼ਨ ਫਾਈਲ ਕੀਤੀ ਉਸ ਤੋਂ ਕੁਝ ਦਿਨ ਪਹਿਲਾਂ ਉਸਦੀ ਇੱਕ ਵੀਡੀਓ ਜਿਹੜਾ ਸਟਿੰਗ ਆਪਰੇਸ਼ਨ ਉਹਦਾ ਆਇਆ, ਉਹਦੇ ਵਿੱਚ ਉਹ ਸਾਫ਼ ਤੌਰ 'ਤੇ ਮੰਗ ਰਿਹਾ ਮਾਫੀਆ ਤੋਂ, ਜਾਂ FIR ਵੀ ਉਹਦੇ ਖਿਲਾਫ਼ ਹੋਈ। FIR ਵੀ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨ 'ਤੇ ਹੋਈ
ਜੋ ਸ਼ਿਕਾਇਤ ਗਈ ਅਤੇ ਇਲੈਕਸ਼ਨ ਕਮਿਸ਼ਨ ਨੇ ਥੱਲੇ ਭੇਜਿਆ ਅਤੇ SHO ਨੇ ਜੋ ਫੈਸਲਾ ਲਿਆ ਆਪਣੇ ਵਿਵੇਕ ਦੇ ਮੁਤਾਬਕ ਉਸਨੇ FIR ਵੀ ਦਰਜ ਕੀਤੀ ਅਤੇ ਸਰਕਾਰ ਨੇ ਉਹਦਾ ਸਾਥ ਦਿੱਤਾ। ਉਸ ਤੋਂ ਪਹਿਲਾਂ ਜਦੋਂ ਗੁਰਜੀਤ ਸਿੰਘ ਰਾਣਾ ਜੋ ਮੰਤਰੀ ਸੀ ਮਾਈਨਿੰਗ ਦੇ ਮੁੱਦੇ 'ਤੇ ਉਹਨਾਂ ਨੂੰ ਅਸਤੀਫਾ ਦੇਣਾ, ਉਹ ਵੀ ਆਮ ਆਦਮੀ ਪਾਰਟੀ ਨੇ ਮੁੱਦਾ ਚੁੱਕਿਆ ਅਤੇ ਉਸ ਤੋਂ ਬਾਅਦ ਤੁਸੀਂ ਹੁਣ ਫਿਰ ਦੇਖ ਲਿਆ ਜਿਹੜਾ ਮਾਮਲਾ ਇੱਥੇ ਲਾਡੀ ਦਾ ਮਾਮਲਾ ਆ ਗਿਆ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ, ਉਸ ਨੂੰ ਸਗੋਂ ਬਚਾਇਆ ਗਿਆ, ਉਸ ਨੂੰ ਉੱਥੋਂ ਇਲੈਕਸ਼ਨ ਲੜਾ ਕੇ ਆਪਣਾ ਜਿਤਾਇਆ ਗਿਆ। ਨਾਲ ਹੀ SHO ਸੀ ਹੁਣ ਅਫਸਰ, ਮੇਰੀ ਇੱਕ ਗੱਲ ਮਾੜੀ ਜੀ ਸੁਣ ਲਓ, ਜਿਹੜਾ ਅਫਸਰ ਸੀ ਉੱਥੋਂ ਦਾ ਉਹ ਸਿਰਫ ਇਹ ਨਹੀਂ ਕਿ ਉਹਦੀ FIR ਦਰਜ ਕਰਨ ਕਰਕੇ ਉਸਨੂੰ ਜਿਹੜਾ ਪਹਿਲਾਂ ਸਸਪੈਂਡ ਵੀ ਕੀਤਾ ਗਿਆ ਫਿਰ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਉਹ ਸਿਰਫ ਇੱਕ ਸੀ ਕਿ ਅਫਸਰਾਂ ਨੂੰ ਇੰਨਾ ਟੈਰੋਰਾਈਜ਼ ਕਰ ਦਿਓ ਕਿ ਕੋਈ ਅਫਸਰ ਇਹ ਜ਼ਰੂਰਤ ਨਾ ਕਰ ਸਕੇ ਕਿ ਉੱਥੇ ਇਲੈਕਸ਼ਨ ਦੇ ਵਿੱਚ ਜਾਂ ਮਾਈਨਿੰਗ ਦੇ ਵਿੱਚ ਕਿ ਕੋਈ ਜਿਹੜਾ ਮਾਈਨਿੰਗ ਮਾਫੀਆ ਕਰ ਰਿਹਾ ਕੋਈ ਇਲੈਕਸ਼ਨ 'ਚ ਹੋ ਰਿਹਾ ਕਿ ਕੋਈ ਅਫਸਰ ਉਹਦੇ 'ਤੇ ਉਂਗਲ ਚੁੱਕਣ ਦੀ ਜਾਂ ਕਿਸੇ ਨੂੰ ਗਲਤ ਕਾਰਵਾਈ ਨੂੰ ਰੋਕਣ ਦੀ ਜ਼ਰੂਰਤ ਨਾ ਕਰ ਸਕੇ। ਗਗਨਦੀਪ ਜੀ, ਤੁਸੀਂ ਲੋਕਾਂ 'ਚ ਵਿਚਰਦੇ ਹੋ, ਤੁਹਾਡੀ ਛਵੀ ਬੜੀ ਸਾਫ਼ ਹੈ, ਬੜੇ ਦਲੇਰ, ਤੁਹਾਨੂੰ ਲੀਡਰ ਮੰਨਿਆ ਜਾਂਦਾ, ਜਦੋਂ ਲੋਕਾਂ 'ਚ ਵਿਚਰਦੇ ਹੋ ਤੇ ਜਵਾਬ ਕੀ ਦਿੰਦੇ ਹੋ ਜਦੋਂ ਲੋਕ ਕਹਿੰਦੇ ਨੇ ਕਿ 1.5 ਸਾਲ ਹੋ ਗਿਆ ਗਗਨ ਜੀ ਕਾਂਗਰਸ ਦੀ ਸਰਕਾਰ ਫੇਲ ਹੋ ਗਈ ਤੇ ਮਾਈਨਿੰਗ ਤਾਂ ਉਸੇ ਤਰ੍ਹਾਂ ਹੋ ਰਹੀ ਹੈ ਜਿਵੇਂ ਅਕਾਲੀ ਦਲ ਦੇ ਰਾਜ 'ਚ ਹੁੰਦੀ ਸੀ? ਦੇਖੋ, ਇਸ ਗੱਲ 'ਚ ਕੋਈ ਸ਼ੱਕ ਨਹੀਂ ਵੀ ਨਿੱਜੀ ਤੌਰ 'ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਮਾਈਨਿੰਗ ਮਾਫੀਆ ਅੱਜ ਵੀ ਕੰਮ ਕਰ ਰਿਹਾ, ਕੰਟਰੋਲ ਹੋਇਆ, ਪਰ 30-40 ਤੋਂ 25-26-23-24 ਵਾਲੀ ਰੇਸ਼ੋ ਆ ਗਈ, ਬਟ ਹਜੇ ਉਹ ਚੀਜ਼ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ। ਮੈਂ ਨਿੱਜੀ ਤੌਰ 'ਤੇ ਇਸ ਗੱਲ ਨੂੰ ਮੰਨਦਾ, ਪਾਰਟੀ ਪੱਧਰ 'ਤੇ ਕਾਂਗਰਸ ਪਾਰਟੀ ਇਸ ਗੱਲ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ, ਸਰਕਾਰ ਇਸ ਗੱਲ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ, ਇਹਦੇ ਬਾਰੇ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ। ਪਰ ਆਮ ਬੰਦਾ ਜਿਹੜਾ ਉਹ ਅੱਜ ਵੀ ਰੇਤਾ ਖਰੀਦਣ ਲਈ ਸਮਰੱਥ ਨਹੀਂ ਹੈ ਜੀ, ਘਰ ਬਣਾਉਣ ਲਈ ਆਮ ਬੰਦਾ, ਕਿਉਂਕਿ ਮੇਰੇ ਹਿਸਾਬ ਨਾਲ ਜਿਹੜਾ ਰੇਤੇ ਦਾ ਟਿੱਪਰ ਹੈ ਉਹ 6-10 ਹਜ਼ਾਰ ਦਾ ਹੋਣਾ ਚਾਹੀਦਾ, ਇਸ ਤੋਂ ਉੱਪਰ ਨਹੀਂ ਹੋਣਾ। 10 ਹਜ਼ਾਰ ਵੀ ਬਹੁਤ ਜ਼ਿਆਦਾ। ਚਲੋ, ਥੋੜ੍ਹਾ ਜਿਵੇਂ ਡੀਜ਼ਲ ਦੇ ਟਰਾਂਸਪੋਰਟੇਸ਼ਨ ਦੇ ਭਾਅ ਵਧੇ ਹੈ ਉਸ ਹਿਸਾਬ ਨਾਲ ਹੋ ਸਕਦਾ ਹੈ, ਮੈਨੂੰ ਉਹਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਵੀ ਮਾਈਨਿੰਗ ਦੀਆਂ ਖੱਡਾਂ ਦੇ ਵੀ ਕੁਛ ਰੇਟ ਵਧੇ ਹੋਣ, 6-10 ਹਜ਼ਾਰ ਰੁਪਏ ਟਿੱਪਰ ਦਾ ਰੇਟ ਹੋਣਾ ਚਾਹੀਦਾ ਰੇਤੇ ਦਾ, ਜੋ ਹਜੇ ਆਇਆ ਨਹੀਂ। ਔਰ ਇਹ 1.5 ਸਾਲ 'ਚ ਕਿਉਂ ਨਹੀਂ ਆਇਆ, ਇਹਦੇ ਵਾਸਤੇ ਸਰਕਾਰ 'ਚ ਬੈਠੇ ਜਿਹੜੇ ਲੋਕ ਹੈ ਜਿਨ੍ਹਾਂ ਕੋਲ ਮਹਿਕਮਾ ਹੈ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਬਾਹਰ ਆ ਕੇ ਪ੍ਰੈਸ ਨੂੰ, ਲੋਕਾਂ ਨੂੰ, ਕਿ ਇਹ ਕਿਉਂ ਨਹੀਂ ਹੋ ਸਕਿਆ ਜੀ। ਔਰ ਦੂਜੇ ਪਾਸੇ ਜਿਹੜੀ ਗੱਲ ਹੈ ਵੀ ਇਹਦੀ ਸ਼ੁਰੂਆਤ ਕਿੱਥੋਂ ਹੋਈ, ਇਹਦੀ ਸ਼ੁਰੂਆਤ ਕੀਤੀ ਅਕਾਲੀ ਦਲ ਨੇ। ਔਰ ਜਿਹੜੀ ਗੱਲ BPR ਸਾਹਿਬ ਨੇ ਕਹੀ ਕਿ ਕਾਂਗਰਸ ਨੇ ਵਿਰੋਧੀ ਧਿਰ ਦਾ ਰੋਲ ਨਹੀਂ ਨਿਭਾਇਆ, ਜੇ ਕਾਂਗਰਸ ਨੇ ਵਿਰੋਧੀ ਧਿਰ ਦਾ ਰੋਲ ਨਹੀਂ ਨਿਭਾਇਆ ਫਿਰ ਕਾਂਗਰਸ ਨੂੰ 74-75 ਸੀਟਾਂ ਨਹੀਂ ਮਿਲ ਸਕਦੀਆਂ ਸੀ ਜੀ। ਜੇ ਕਾਂਗਰਸ 5 ਸਾਲ ਵਿਰੋਧੀ ਧਿਰ ਦਾ ਰੋਲ ਨਿਭਾਉਂਦੀ ਰਹੀ ਤਾਂ ਹੀ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਫਤਵਾ ਦਿੱਤਾ। ਔਰ ਇਹ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਹਜੇ ਉਹ ਗੱਲ ਨਹੀਂ ਬਣ ਪਾਈ ਜਿਹੜੀ ਬਣਨੀ ਚਾਹੀਦੀ ਸੀ, ਚਾਹੇ ਉਹ ਲੋਕ ਕਿਸੇ ਵੀ ਕਿਸਮ ਦੇ ਹੈ, ਚਾਹੇ ਉਹ ਮਾਈਨਿੰਗ ਮਾਫੀਆ ਵਾਲੇ ਹੈ, ਚਾਹੇ ਉਹ ਟਰਾਂਸਪੋਰਟ ਮਾਫੀਆ ਵਾਲੇ ਹੈ, ਵੀ ਉਹਨਾਂ ਨੂੰ ਪੂਰੀ ਤਰ੍ਹਾਂ ਹਜੇ ਦੱਬਿਆ ਨਹੀਂ ਜਾ ਸਕਿਆ। ਔਰ ਮੈਂ ਮੀਡੀਆ ਰਾਹੀਂ, ਤੁਹਾਡੇ ਰਾਹੀਂ, ਪਾਰਟੀ ਨੂੰ ਵੀ ਔਰ ਸਾਡੇ ਮੁੱਖ ਮੰਤਰੀ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੇ ਅਸਲੀ ਰੂਪ 'ਚ ਆਓ ਔਰ ਇਸ ਚੀਜ਼ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰੋ। ਅਸਲੀ ਰੂਪ ਕੈਪਟਨ ਅਮਰਿੰਦਰ ਦਾ ਦੇਖਿਆ ਨਹੀਂ ਲੋਕਾਂ ਨੇ। ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਨੇ ਬੜਾ ਪ੍ਰਚਾਰ ਕੀਤਾ ਦਰਸ਼ਨ ਸਿੰਘ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਉਹ ਨਹੀਂ ਰਹੇ, ਬੜਾ ਬਦਲਾਅ ਹੋ ਗਿਆ ਕੈਪਟਨ ਅਮਰਿੰਦਰ ਸਿੰਘ 'ਚ, ਥਾਣੇ ਚਲੇ ਗਏ ਸੀ ਕਿਸਾਨਾਂ ਦੇ ਮਸਲੇ 'ਤੇ ਬਠਿੰਡੇ ਮਾਨਸਾ ਵਾਲੇ ਇਲਾਕੇ 'ਚ, ਅਤੇ ਲੋਕ ਪੰਜਾਬ ਦੇ ਬੜੇ ਹੈਰਾਨ ਹੋਏ ਸੀ ਵੀ ਹੁਣ ਕੈਪਟਨ ਅਮਰਿੰਦਰ ਹੈ ਜਿਹੜਾ ਉਹ ਆਪਣੇ ਪੂਰੇ ਰੰਗ 'ਚ ਆ ਗਏ ਨੇ, ਅਤੇ ਹੁਣ ਉਹ ਗੱਲ ਨਹੀਂ ਰਹਿਣੀ ਕਿ ਅਫਸਰਾਂ ਨੂੰ ਮਿਲਦੇ ਨਹੀਂ ਅਤੇ ਕਿਸੇ ਮਾਮਲੇ ਦੇ ਵਿੱਚ ਛੇਤੀ ਛੇਤੀ ਕਾਰਵਾਈ ਕਰਦੇ ਨੇ। ਕੈਪਟਨ ਅਮਰਿੰਦਰ ਦੀ ਮਜਬੂਰੀ ਕੀ ਹੋ ਸਕਦੀ ਹੈ? ਮਜ਼ਬੂਤ ਇੱਛਾ ਸ਼ਕਤੀ ਵਾਲਾ ਲੀਡਰ ਕੈਪਟਨ ਅਮਰਿੰਦਰ ਨੂੰ ਕਹਿੰਦੇ ਨੇ, ਪਾਣੀਆਂ ਦਾ ਰਾਖਾ ਵੀ ਕਹਿੰਦੇ ਨੇ ਬਹੁਤ ਸਾਰੇ ਲੋਕ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀਆਂ ਦੇ ਸਮਝੌਤੇ ਕੈਪਟਨ ਅਮਰਿੰਦਰ ਨੇ ਤੋੜਤੇ।
ਇਹ ਮਜਬੂਰੀ ਕੈਪਟਨ ਅਮਰਿੰਦਰ ਦੀ ਹੈ ਜਾਂ ਕੈਪਟਨ ਅਮਰਿੰਦਰ ਦੇ ਵੱਸ ਦੀ ਗੱਲ ਨਹੀਂ ਰਹੀ? ਵੱਸ ਵਾਲਾ ਸ਼ਬਦ ਹੈ ਜਿਹੜਾ, ਇਹਦਾ ਜਵਾਬ ਮੰਗਦਾ ਮੈਂ, ਵੀ ਕੈਪਟਨ ਅਮਰਿੰਦਰ ਦੇ ਵੱਸ ਦੀ ਨਹੀਂ ਰਹੀਗਾ। ਮੈਂ ਤੁਹਾਨੂੰ ਦੋਵਾਂ ਗੱਲਾਂ ਦਾ ਜਵਾਬ ਦੇ ਦਿੰਦਾ। ਸਾਡੀ ਜਿਹੜੀ ਰਾਜਨੀਤੀ ਹੈ, ਸਾਡੇ ਸਿਸਟਮ ਦੀ, ਹਿੰਦੁਸਤਾਨ ਦੀ, ਉਹਦੇ 'ਚ ਇਹ ਸਮਝਿਆ ਜਾਂਦਾ ਹੈ ਕਿ ਨੈਗੇਟਿਵ ਵੋਟ ਦੇ ਉੱਤੇ ਰਾਜਨੀਤੀ ਚੱਲਦੀ ਹੈ। ਦੂਜੀ ਚੱਲਦੀ ਹੈ ਕਿ ਲੋਕਾਂ ਦੀ ਜਿਹੜੀ ਮੈਮਰੀ ਹੈ, ਇਹ ਪੋਲੀਟੀਕਲ ਬੰਦੇ ਇਹ ਸਮਝਦੇ ਹੈ ਜਾਂ ਇਹਨਾਂ ਦੀ ਇੱਕ ਮਿੱਥ ਬਣੀ ਹੋਈ ਹੈ ਕਿ ਲੋਕਾਂ ਦੀ ਮੈਮਰੀ ਬੜੀ ਸ਼ੋਰਟ ਹੈ। ਸਾਨੂੰ ਵੀ ਲੱਗਦਾ ਕੱਲ੍ਹ ਜਿਹੜੇ ਲੋਕ ਅਕਾਲੀ ਦਲ ਦੇ ਸਾਰਾ ਪੰਜਾਬ ਖਿਲਾਫ ਸੀ, ਅੱਜ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਵੀ ਜਾਣਾ ਸ਼ੁਰੂ ਹੋ ਗਿਆ ਜੀ। ਇਸੇ ਤਰ੍ਹਾਂ ਕਾਂਗਰਸ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਪਹਿਲੇ ਵੀ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਵਾਂ, ਜਦੋਂ ਪਹਿਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ 2007 ਤੱਕ ਪੰਜਾਬ ਦੇ ਵਿੱਚ ਰਾਜ ਕੀਤਾ, ਅਤੇ ਪੰਜਾਬ ਦੇ ਵਿੱਚ ਕੋਈ ਬਹੁਤਾ ਚੰਗਾ ਜਿਹੜਾ ਡਿਵੈਲਪਮੈਂਟ ਦਾ ਜਾਂ ਕੋਈ ਕੰਮ ਨਹੀਂ ਹੋਇਆ। ਲੁੱਟ ਸੁੱਟ ਉਦੋਂ ਵੀ ਬਹੁਤ ਹੋਈ ਆ, ਬਦਨਾਮੀ ਉਦੋਂ ਸਰਕਾਰ ਦੀ ਵੀ ਬਹੁਤ ਸੀ ਜੀ, ਕਿਉਂਕਿ ਅਸੀਂ, ਮੈਂ ਤਾਂ ਉਦੋਂ ਜੋਬ ਦੇ ਵਿੱਚ ਵੀ ਸੀ, ਸਾਨੂੰ ਬੜੇ ਉਹਦੇ ਜਵਾਬ ਦੇਣੇ ਪਏ, ਅਤੇ ਉਦੋਂ ਵੀ ਜਿਹੜੇ ਐਕਸੈਸੀਬਿਲਿਟੀ ਜਿਹੜੀ ਸੀ, ਆਮ ਅਫਸਰ ਵੀ ਕਹਿੰਦੇ ਸੀਗੇ ਕਿ ਆਰਾਮ ਹੈ ਇਸ ਸਰਕਾਰ ਦੇ ਵਿੱਚ, ਕਿਉਂਕਿ ਮੁੱਖ ਮੰਤਰੀ ਦੀ ਐਕਸੈਸੀਬਿਲਿਟੀ ਨਾ ਮੰਤਰੀਆਂ ਨੂੰ ਹੈ ਨਾ MLA ਨੂੰ ਆ, ਅਤੇ ਇਸ ਕਰਕੇ ਅਫਸਰਾਂ ਨੂੰ ਜਿਹੜਾ ਥੱਲੇ ਤੱਕ ਉਹ ਖੁੱਲ੍ਹੀ ਛੁੱਟੀ ਸੀ, ਅਤੇ ਅਫਸਰ ਡਰਦੇ ਨਹੀਂ ਸੀ, ਅਫਸਰ ਡਰਦੇ ਨਹੀਂ ਸੀਗੇ। ਇਹ ਛਵੀ ਵਾਲੀ ਕੋਈ ਗੱਲ ਨਹੀਂ ਹੈ, ਅਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਉਸਦਾ ਫਾਇਦਾ ਉਠਾਇਆ, ਅਤੇ ਤੁਹਾਡੇ ਇੰਨੇ ਦੋਸ਼ ਲੱਗੇ, ਤੁਹਾਡੇ ਸਾਹਮਣੇ ਸਿਟੀ ਸੈਂਟਰ ਦਾ ਦੋਸ਼ ਲੱਗਿਆ। ਅਕਾਲੀ ਦਲ ਨੇ 22,000 ਕਰੋੜ ਦਾ ਦੋਸ਼ ਲਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਅਤੇ ਇਹਦੇ ਵਿੱਚੋਂ ਉਹਦੀ ਕਰਪਸ਼ਨ ਹੋਈ ਹੈ ਲੁਧਿਆਣੇ ਦੇ ਵਿੱਚੋਂ, ਅਤੇ ਦੋਸ਼ ਲਾ ਕੇ ਇੱਕ ਮੋਰਚਾ ਚਲਾ ਕੇ ਕੈਪਟਨ ਦੇ ਖਿਲਾਫ, ਅਤੇ ਇੱਥੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈ ਸੀ, ਅਤੇ ਉਹ ਵੀ ਜਿਹੜੀ ਛਵੀ ਸੀ ਉਸ ਸਮੇਂ ਦੇ ਵਿੱਚ ਨਹੀਂ। ਇਹ ਤੁਸੀਂ ਉਹਦਾ ਫਾਇਦਾ ਇਹ ਉਠਾਇਆ ਕਿ ਲੋਕਾਂ ਦੀ ਮੈਮਰੀ ਬੜੀ ਸ਼ੋਰਟ ਹੈ। ਦੂਸਰੀ ਗੱਲ ਇਹ ਆ ਗਈ ਕਿ ਇੱਕ ਤੋਂ ਬਾਅਦ ਜਿਹੜਾ ਦੂਸਰਾ ਆਉਂਦਾ ਉਹ ਉਸ ਤੋਂ ਕਿਤੇ ਵੱਧ ਕੇ ਆਉਂਦਾ ਹੈ। ਅਕਾਲੀ ਦਲ ਦੇ 10 ਸਾਲ ਦੇ ਰਾਜ ਦੇ ਵਿੱਚ ਜੋ ਲੁੱਟ ਹੋਈ, ਜੋ ਲੋਕਾਂ ਨੂੰ ਪਰੇਸ਼ਾਨੀ ਹੋਈ, ਜੋ ਨਸ਼ੇ ਵਿਕੇ, ਜੋ ਮਾਈਨਿੰਗ ਹੋਈ, ਅਤੇ ਜੋ ਕਿਸਾਨੀ, ਜਿਹੜੀ ਅੱਜ ਅਕਾਲੀ ਦਲ ਕਹਿੰਦਾ ਵੀ ਅਸੀਂ ਕਿਸਾਨੀ ਦੇ ਲੰਬੜਦਾਰ ਹਾਂ, ਅਤੇ ਕਿਸਾਨੀ ਦੀ ਜਿਹੜੀ ਸ਼ੁਰੂਆਤ ਵੀ ਜਿਹੜੀ ਸੁਸਾਈਡ ਦੀ ਇਹਨਾਂ ਦੇ ਰਾਜ 'ਚ ਹੋਈ। ਕਿਸਾਨੀ ਲਈ ਇਹਨਾਂ ਨੇ ਕੁਛ ਨਹੀਂ ਕੀਤਾ, ਬੇਰੁਜ਼ਗਾਰੀ ਲਈ ਇਹਨਾਂ ਨੇ ਕੁਛ ਨਹੀਂ ਕੀਤਾ, ਕਿਸੇ ਨੂੰ ਵੀ ਨੌਕਰੀਆਂ ਜਿਹੜੀਆਂ ਨੇ ਪੰਜਾਬ ਦੇ ਅੰਦਰ ਠੇਕੇ 'ਤੇ ਦੇਣ ਵਾਲੇ ਅਕਾਲੀ ਨੇ। ਪੰਜਾਬ ਦੇ ਨੌਜਵਾਨ ਨੂੰ ਜੇ 30,000-40,000 ਦੀ ਨੌਕਰੀ ਦੇ ਬਦਲੇ 10-10,000 'ਤੇ ਰੱਖ ਕੇ ਜ਼ਲੀਲ ਕੀਤਾ ਗਿਆ ਸਾਰੇ ਟਨਿਓਰ ਦੇ ਵਿੱਚ 10-10 ਸਾਲਾਂ ਦੇ ਵਿੱਚ, ਉਹ ਵੀ ਅਕਾਲੀਆਂ ਨੇ ਕੀਤਾ। ਅਤੇ ਅੱਜ ਜਿਹੜੇ ਕੈਪਟਨ ਸਾਹਿਬ ਦੀ ਆਪਾਂ ਮੈਮਰੀ ਦੀ ਉਹਦੀ ਗੱਲ ਕਰਦੇ ਹਾਂ, ਇਮੇਜ ਦੀ ਗੱਲ ਕਰਦੇ ਹਾਂ, ਅਤੇ ਕੈਪਟਨ ਸਾਹਿਬ ਦਾ ਜਿਹੜਾ ਸੁਭਾਅ ਸੀ ਉਹ ਅੱਜ ਵੀ ਲੋਕ ਜਾਣੂ ਨੇ, ਪਹਿਲਾਂ ਵੀ ਲੋਕ ਜਾਣੂ ਸੀ ਸਾਡੇ ਲੋਕ। ਜਦੋਂ ਇੱਕ ਪੰਜਾਬ ਕਿਸਾਨੀ ਦੇ ਵਿੱਚ ਕਰਜ਼ਿਆਂ ਨੇ ਦੱਬਿਆ, ਉਹਨਾਂ ਨੂੰ ਵਾਅਦਾ ਕਰ ਦਿੱਤਾ ਕਿ ਤੁਹਾਡਾ 100% ਕਰਜ਼ਾ ਮੇਰੀ ਜ਼ਿੰਮੇਵਾਰੀ ਹੈ, ਅਤੇ ਅੱਜ ਵੀ ਮੈਂ ਉਹਦੀ ਜਿਹੜੀ ਵੀਡੀਓ ਆਇਆ ਮੇਰੇ ਕੋਲ ਹੈ, ਅਤੇ ਸਾਰੇ ਕਰਜ਼ੇ ਆੜ੍ਹਤੀਆਂ ਦੇ, ਬੈਂਕਾਂ ਦੇ, ਮੈਂ ਸਾਰੇ ਮਾਫ਼ ਕਰ ਦੂੰਗਾ। ਕਿਸਾਨ ਉਹਦੇ ਭੁਲੇਖੇ 'ਚ ਆ ਗਿਆ, ਦੇਖੋ 50-50 ਲੱਖ ਦਾ ਕਰਜ਼ਾ, ਅਤੇ 50 ਲੱਖ ਦੀ, 20 ਲੱਖ ਤੋਂ ਲੈ ਕੇ 50 ਲੱਖ ਦੀ ਰਿਸ਼ਵਤ ਕੋਈ ਥੋੜ੍ਹੀ ਨਹੀਂ ਹੁੰਦੀ। ਉਸ ਤੋਂ ਬਾਅਦ ਹਰ ਬੇਰੁਜ਼ਗਾਰ ਨੂੰ ਇਹ ਘਰ ਘਰ ਇੱਕ ਕਾਰਡ ਵੰਡਦਾ ਦਸਤਖਤ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਅਤੇ ਰਾਹੁਲ ਗਾਂਧੀ ਦੇ ਕਿ ਨੌਕਰੀ ਆ, ਕਾਰਡ ਲੈ ਕੇ ਆ ਜਾਓ, ਨੌਕਰੀ ਲੱਗ ਜਾਓ, ਸਰਕਾਰੀ ਨੌਕਰੀ। ਹਾਲਾਂਕਿ 60,000,000 ਜਿਹੜਾ ਹੈਗਾ ਪਰਿਵਾਰ ਹੈ ਉਹਨਾਂ ਪੰਜਾਬ ਦਾ, ਉਹਨਾਂ ਨੂੰ ਨੌਕਰੀ 60 ਲੱਖ ਨੂੰ ਦੇਣੀ, ਨੌਕਰੀ ਸਾਡੇ ਕੋਲ 4 ਲੱਖ ਵੀ ਨਹੀਂ ਜੀ। ਉਹ ਲੋਕਾਂ ਨੂੰ ਉਹ ਚੀਜ਼ ਦੇ ਇਲੈਕਸ਼ਨ ਦਾ ਟਾਈਮ ਸੀ, ਜਿਹੜੇ ਅਕਾਲੀ ਦਲ ਤੋਂ ਲੋਕ ਦੁਖੀ ਸੀ, ਅਤੇ ਇਹ ਦੋ ਭੁਲੇਖੇ ਜਿਹੜੇ ਨੇ ਬਹੁਤ ਵੱਡੇ ਪਾਏ। ਤੀਜਾ ਪਾਇਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਉਹ ਨਸ਼ਿਆਂ ਦੇ ਜਿਹੜੇ ਮਾਫੀ ਆ ਉਹਨੂੰ 4 ਹਫ਼ਤਿਆਂ ਦੇ ਵਿੱਚ ਜੇ ਉਹਨੇ ਗੁਟਕਾ ਹੱਥ 'ਚ ਫੜ ਕੇ ਗੁਟਕਾ ਸਾਹਿਬ
ਸਹੁੰ ਖਾ ਕੇ ਇਹਨੇ ਪਬਲਿਕ ਦੇ ਵਿੱਚ ਕਹਿਤਾ ਤਾਂ ਇਹ ਸਖਸ ਕਰੂਗਾ। ਪਰ ਜਿਉਂ ਸਾਨੂੰ ਤਾਂ ਇਸ ਚੀਜ਼ ਦਾ ਪਹਿਲਾਂ ਹੀ ਪਤਾ ਸੀ ਕਿ ਨਾ ਐਕਸੈਸੀਬਲ ਪਹਿਲਾਂ ਸੀ ਨਾ ਐਕਸੈਸੀਬਲ ਅੱਜ ਨੇ, ਅਤੇ ਇਸ ਕਰਕੇ ਜਿਹੜਾ ਹਰ ਇੱਕ ਨੂੰ ਹੁਣ ਪਈ ਹੋਈ ਹੈ ਕਿ ਸਰਕਾਰ ਜਿਹੜੀ ਹੈ ਉਹ ਕਿਸੇ ਵੀ ਮੁੱਦੇ ਦੇ ਉੱਤੇ ਕਹਾਉਣਾ ਨਹੀਂ ਚਾਹੁੰਦੀ ਕਿ ਅਸੀਂ ਫੇਲ ਹੋ ਗਏ ਜਾਂ ਮਾਫੀਆ ਚੱਲ ਰਿਹਾ, ਅਤੇ ਇਸ ਕਰਕੇ ਹਰ ਇੱਕ ਨੂੰ ਇਹ ਪੈ ਗਿਆ ਜਿੱਥੇ ਤੱਕ ਕਿਸੇ ਲੀਡਰ ਦੀ ਪਹੁੰਚ ਹੈ ਜਿੱਥੇ ਤੱਕ ਉਹਦੀ ਤਾਕਤ ਹੈ। ਜਿੰਨੇ ਕੁ ਇੱਕ ਹੋਰ ਪੁਆਇੰਟ ਹੈ ਇੱਥੇ, ਜਦੋਂ ਕੋਈ ਰਾਜ ਬਦਲਦਾ ਹੈ ਜਿੰਨਾ ਗੁੰਡਾ ਅਨਸਰ ਹੈ ਜਿੰਨਾ ਮਾੜਾ ਅਨਸਰ ਹੈ ਜਿੰਨਾ ਮਾਫੀਆ ਉਹ ਸਾਰਾ ਬਦਲ ਕੇ ਰੂਲਿੰਗ ਪਾਰਟੀ ਦੇ ਲੀਡਰਾਂ ਦੇ ਦੁਆਲੇ ਹੋ ਜਾਂਦਾ। ਉਹਨਾਂ ਨੂੰ ਪੈਸੇ ਦੀ ਵੀ ਲੋੜ ਹੈ, ਉਹਨਾਂ ਨੂੰ ਮਸਲ ਪਾਵਰ ਦੀ ਵੀ ਲੋੜ ਹੈ, ਬੰਦਿਆਂ ਦੀ ਵੀ ਲੋੜ ਹੈ, ਅਤੇ ਇਸ ਇੱਜ਼ਤ ਕਰਨ ਵਾਲੇ ਲੋਕਾਂ ਦੀ ਵੀ ਲੋੜ ਹੈ, ਉਹਨਾਂ ਨੂੰ ਉਹਨਾਂ ਦੀ ਸਪੌਂਸਰਸ਼ਿਪ ਦੀ ਲੋੜ ਹੈ, ਅਤੇ ਉਹਨਾਂ ਨਾਲ ਜਿੰਨਾ ਚਿਰ ਕੋਈ ਮਾਈ ਬਾਪ ਨਹੀਂ ਹੈਗਾ ਤਾਂ ਇਹ ਕੰਮ ਚੱਲ ਨਹੀਂ ਸਕਦਾ। ਜੀ ਤੁਹਾਨੂੰ ਲੱਗਦਾ ਕਿ ਜਿੰਨਾ ਮਾਫੀਆ ਸੀ ਉਹ ਸਾਰਾ ਅਕਾਲੀ ਦਲ ਛੱਡ ਕੇ ਇਹਨਾਂ ਦੇ ਲਵੇ ਹੋ ਗਿਆ? ਅਕਾਲੀ ਦਲ ਨੂੰ ਛੱਡ ਕੇ ਕਹਿ ਲਓ, ਵੈਸੇ ਇੱਕ ਇਹਦੇ ਵਿੱਚ ਹੋਰ ਵੀ ਚੱਲ ਰਿਹਾ, ਬੜੇ ਚਿਰ ਦਾ ਮੈਂ ਇਸ ਨੂੰ ਦੇਖ ਰਿਹਾ ਕਿ ਮਾਫੀਆ ਜਿਹੜਾ ਮਾਈਨਿੰਗ ਦਾ ਜੀ ਖਾਸ ਕਰਕੇ ਇਹਦੇ ਵਿੱਚ ਜਿਹੜਾ ਲੋਕ ਬਹੁਤ ਪੁਰਾਣੇ 30-40 ਸਾਲ ਤੋਂ ਕੰਮ ਕਰ ਰਹੇ ਨੇ, ਅਸੀਂ ਦੇਖਦੇ ਆ ਰਹੇ ਹਾਂ, ਕਈ ਸਾਡੇ ਜਾਣੂ ਵੀ ਨੇ, ਕਈ ਮਿੱਤਰ ਸੱਜਣ ਵੀ ਨੇ, ਉਹ ਜਿਹੜੇ ਸੱਜਣ ਨੇ ਉਹ ਅਕਾਲੀ ਦਲ ਕਾਂਗਰਸ ਅਤੇ ਬੀਜੇਪੀ, ਕਿਉਂਕਿ ਇਹਨਾਂ ਤਿੰਨਾਂ ਪਾਰਟੀਆਂ ਦਾ ਰਾਜ ਰਿਹਾ ਪੰਜਾਬ 'ਚ, ਇਹਨਾਂ ਦੇ ਨਾਲ ਹੀ ਇਲਾਕੇ ਚੱਲਦੇ ਆ ਚੋਣਾਂ ਤੋਂ ਪਹਿਲਾਂ ਸਾਰਿਆਂ ਨੂੰ ਲਿਫਾਫਾ ਦੇ, ਜਿਹੜੇ ਅਕਾਲੀ ਨੇਮ ਲੈਣ ਮਾਈਨਿੰਗ ਮਾਫੀਆ ਦੇ ਵਿੱਚ, ਜਦੋਂ ਕਾਂਗਰਸ ਦਾ ਰਾਜ ਆਉਂਦਾ ਉਹ ਪਿੱਛੇ ਹੋ ਜਾਂਦੇ ਆ, ਉਹ ਸਪਲਾਈ ਦਾ ਕੰਮ ਸਾਂਭ ਲੈਂਦੇ ਆ, ਅਤੇ ਦੂਸਰੇ ਪਾਸੇ ਜਿਹੜੀ ਜਿਹਦਾ ਰਾਜ ਆ ਜਾਂਦਾ ਉਹ ਸਰਕਾਰ ਵਾਲੇ ਪਾਸੇ ਪੁਲਿਸ ਨੂੰ ਅਤੇ ਐਡਮਿਨਿਸਟ੍ਰੇਸ਼ਨ ਦਾ ਕੰਮ ਸਾਂਭ। ਇੱਕ ਇੱਕ ਵਾਰੀ ਮੈਂ ਸਵਾਲ ਗਗਨਦੀਪ ਹੁਣਾਂ ਤੋਂ ਵੀ ਲੈ ਲਾਂ। ਗਗਨਦੀਪ ਜੀ, ਇਹ ਕਿੰਨਾ ਕੁ ਆਮ ਹੋ ਗਿਆ ਕਿ ਜਿਹੜਾ ਕੰਮ ਹੈ ਰੇਤੇ ਦਾ ਉਹਦੇ 'ਚ ਤੁਸੀਂ ਕਾਂਗਰਸੀ ਵੀ ਹੋ ਅਤੇ ਉਹਦੇ 'ਚ ਅਕਾਲੀ ਵੀ ਹੋ ਅਤੇ ਤੁਸੀਂ ਇਕੱਠੇ ਕਾਰੋਬਾਰ ਤੋਂ ਉੱਤੇ? ਦੇਖੋ ਮੇਰੀ ਨੌਲੇਜ 'ਚ ਤਾਂ ਮੈਂ ਨਾ ਮੇਰਾ ਮੈਂ ਕੋਈ ਸਾਬਤ ਕਰ ਦੇਵੇ ਵੀ ਮੇਰਾ ਇਸ ਕਾਰੋਬਾਰ ਨਾਲ ਕੋਈ ਲੈਣ ਦੇਣਾ, ਜਿਹੜੇ ਮੇਰੇ ਸਰਕਲ 'ਚ ਬੰਦੇ ਆ ਜਿਹਨਾਂ ਨੂੰ ਮੈਂ ਜਾਣਦਾ, ਮੈਂ ਉਹਨਾਂ 'ਚੋਂ ਵੀ ਕਿਸੇ ਨੂੰ ਪਾਇਆ ਨਹੀਂ ਵੀ ਕੋਈ ਰੇਤੇ ਦਾ ਕੰਮ ਕਰਦਾ। ਅਤੇ ਜਿਹੜੇ ਬੰਦੇ ਇਹ ਕੰਮ ਕਰਦੇ ਆ ਨਾ, ਮੈਨੂੰ ਲੱਗਦਾ ਜੀ ਉਹ ਬੰਦੇ ਪਬਲਿਕਲੀ ਪਤਾ ਹੀ ਨਹੀਂ ਲੱਗਦਾ, ਬਾਹਰ ਹੀ ਨਹੀਂ ਆਉਂਦੇ ਜੀ, ਡਰਾਈਵਰ ਹੀ ਨਜ਼ਰ ਆਉਂਦੇ, ਟਿੱਪਰ ਰਹੀ ਜਾਂਦੇ, ਅਸਲੀ ਬੰਦਾ ਤਾਂ ਪਤਾ ਹੀ ਨਹੀਂ ਲੱਗਦਾ ਪਿੱਛੇ ਕੌਣ ਹੈ, ਕੌਣ ਹੋ ਸਕਦੇ ਫਿਰ ਪਿੱਛੇ? ਇਹ ਹੁਣ ਜਿਵੇਂ ਦਰਸ਼ਨ ਸਿੰਘ ਜੀ ਨੇ ਕਿਹਾ ਵੀ ਕੋਈ ਮਾਫੀਆ ਤਾਂ ਹੈ ਜਿਹੜਾ ਰੇਤੇ ਵਾਸਤੇ ਕੰਮ ਕਰਦਾ ਹੈ, ਔਰ ਜੇ ਕੋਈ ਮਾਫੀਆ ਕੰਮ ਕਰ ਰਿਹਾ ਤਾਂ ਪੁਲਿਸ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਆਪਣੀ ਪਾਵਰ ਯੂਜ਼ ਕਰਕੇ ਇਸ ਚੀਜ਼ ਨੂੰ, ਜੇ ਇਹ ਮੰਨਿਆ ਜਾਵੇ ਅਕਾਲੀ ਦਲ ਨੇ 10 ਸਾਲ ਨਹੀਂ ਰੋਕ ਲਾਈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਤੋਂ ਬੜੀਆਂ ਆਸਾਂ ਸੀ, 1.5 ਸਾਲ ਹੋ ਗਿਆ ਨਹੀਂ ਰੋਕ ਲੱਗੀ, ਇਹਦਾ ਮਤਲਬ ਸਿਸਟਮ ਫੇਲ ਹੈ, ਸਰਕਾਰ ਫੇਲ ਹੈ, ਅਤੇ ਫਿਰ ਇਹ ਮੰਗ ਜਾਇਜ਼ ਹੈ ਕਿ ਉੱਥੇ ਫੌਜ ਦੀ ਤੈਨਾਤੀ ਕੀਤੀ ਜਾਵੇ? ਫੌਜ ਦੀ ਤੈਨਾਤੀ 'ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਹੋਣੀ ਚਾਹੀਦੀ ਹੈ ਤੈਨਾਤੀ ਫੌਜ? ਕਾਂਗਰਸੀ ਸਵਾਗਤ ਕਰਨਗੇ ਕਿ ਹਾਂ ਫੌਜ ਲਾ ਦਿਓ ਜੀ ਜੇ ਪੁਲਿਸ ਤੋਂ ਨਹੀਂ ਰੁਕਦੀ ਮਾਈਨਿੰਗ? ਦੇਖੋ ਜੇ ਪੰਜਾਬ ਦੇ ਸਰਮਾਏ ਨੂੰ ਫੌਜ ਲਾ ਕੇ ਜਾਂ ਨੀਮ ਫੌਜੀ ਬਲ ਲਾ ਕੇ ਬਚਾਇਆ ਜਾ ਸਕਦਾ ਤਾਂ ਲੋਨ 'ਚ ਕੋਈ ਦਰਾਜ ਲਾ ਦੇਣੀ ਚਾਹੀਦੀ ਹੈ ਜੀ। ਜੇ ਪੰਜਾਬ ਦਾ ਕਰਜ਼ਾ ਰੇਤੇ ਤੋਂ ਪੈਸੇ ਕਮਾ ਕੇ ਜਾਂ ਰੇਤੇ ਤੋਂ ਰੈਵਨਿਊ ਲੈ ਕੇ ਲਾਇਆ ਜਾ ਸਕਦਾ ਤਾਂ ਉਹਦੇ 'ਚ ਕੀ ਦਰਾਜ ਜੀ? ਜੇ ਪੰਜਾਬ ਬਚਾਉਣਾ ਜੀ, ਜੇ ਮੈਂ ਅੱਗੇ ਵੀ ਪਹਿਲਾਂ ਇੱਕ ਵਾਰ ਤੁਹਾਡੇ ਸਟੂਡੀਓ 'ਚ ਕਿਹਾ ਸੀ ਕਿ ਜੇ ਪੰਜਾਬ ਦੇ ਹਿੱਤ ਖਾਤਰ ਆਪਦੇ ਹਿੱਤ ਛੱਡਣੇ ਪੈਣ ਪਰਸਨਲ, ਉਹਦੇ ਕੋਈ ਇਤਰਾਜ਼ ਨਹੀਂ ਹੋਣਾ, ਛੱਡ ਦੇਣੇ ਚਾਹੀਦੇ ਜੀ। ਕਿਉਂਕਿ ਜੇ ਪੰਜਾਬ ਦੀ ਜਵਾਨੀ ਨੂੰ, ਕਿਸਾਨੀ ਨੂੰ ਅਤੇ ਪੰਜਾਬ ਦੇ ਹਾਲਾਤਾਂ ਨੂੰ ਬਚਾਉਣਾ, ਵੀ ਪੰਜਾਬ ਮਜ਼ਾਕ ਨਾ ਬਣ ਜਾਏ ਦੁਨੀਆ ਦੇ ਵਿੱਚ। ਮਜ਼ਾਕ ਇਸ ਤਰ੍ਹਾਂ ਵੀ ਬਣ ਰਿਹਾ ਪੰਜਾਬ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਕਿਹਾ ਕਿ 10 ਜੂਨ ਦੀ ਬਜਾਏ 20 ਜੂਨ ਨੂੰ ਝੋਨਾ ਲਾਓ, ਬਿਜਲੀ ਹਜੇ ਵੀ ਪੂਰੀ ਨਹੀਂ ਮਿਲ ਰਹੀ। ਰੌਲਾ ਬਹੁਤ ਸਰਕਾਰ ਨੇ ਪਾਇਆ ਕਿ ਸਾਡੇ ਕੋਲ ਬਿਜਲੀ ਪੂਰੀ ਹੈ ਅਤੇ ਅਸੀਂ ਪੂਰੀ ਬਿਜਲੀ ਦੇਵਾਂਗੇ। ਕਿਸਾਨਾਂ ਦਾ ਦਰਦ ਭਰੀਆਂ ਰਿਪੋਰਟਾਂ ਸਾਡੇ ਕੋਲ ਰੋਜ਼ ਆਉਂਦੀਆਂ, ਕਿਸਾਨ ਕਹਿੰਦੇ ਸਾਨੂੰ ਬਿਜਲੀ ਨਹੀਂ ਮਿਲਦੀ, ਉੱਪਰੋਂ ਮੀਂਹ ਨਹੀਂ ਪਿਆ, 26 ਤਰੀਕ ਹੋ ਗਈ, ਅਤੇ ਜੇ 4 ਕੁ ਦਿਨ ਹੋਣ ਲੰਘ ਗਏ ਤਾਂ 20 ਦਿਨ ਪਛੇਤਾ ਝੋਨਾ ਜਿਹੜਾ
ਉਹ ਰਾਵਣ ਸਾੜਨ ਵੇਲੇ ਨੂੰ ਕੱਟਿਆ ਜਾਊਗਾ, ਉਦੋਂ ਨੂੰ ਠੰਡ ਹੋ ਜਾਂਦੀ ਹੈ। ਅਤੇ ਕਿਸਾਨਾਂ ਦਾ ਇਹ ਦਰਦ ਹੈ ਕਿ ਇਸ ਪੰਜਾਬ ਦੀ ਸਰਕਾਰ ਦੀ ਗਲਤ ਨੀਤੀ ਕਰਕੇ ਝੋਨਾ ਸਾਡਾ ਪਿਛੜ ਗਿਆ। ਦੇਖੋ ਜਿਹੜਾ ਤਰੀਕ ਦਾ ਫੈਸਲਾ ਹੋਇਆ, ਇਹ ਸਿਸਟਮ ਦੇ ਫੇਲਰ ਦੀ ਗੱਲ ਕਰਦਾ ਕਿ ਜੇ ਤਰੀਕ ਦਾ ਫੈਸਲਾ ਕਰਨਾ ਹੈ ਤਾਂ ਉਹ ਵੀ ਸਰਕਾਰ ਉਦੋਂ ਕਰਦੀ ਹੈ ਜਦੋਂ ਪੰਡਿਤ ਜੀ ਵੀ ਤਿਆਰ ਹੁੰਦੇ ਹਵਨ ਦੀ ਸਮੱਗਰੀ ਲੈ ਕੇ ਵੀ ਮੈਂ ਵਿਆਹ ਕਰਾਉਣ ਜਾਣਾ। ਸਮੇਂ ਸਿਰ ਤਰੀਕਾਂ ਦੇ ਫੈਸਲੇ ਵੀ ਨਹੀਂ ਕਰਦੇ ਲੋਕ। ਅੱਜ ਤੁਹਾਡੀ ਗੱਲ ਸਹੀ ਹੈ ਵੀ ਥੋੜ੍ਹੀ ਦੇਰ ਪਹਿਲਾਂ ਫਾਰਮਰਸ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਆਹ ਤਰੀਕ ਹੈ ਝੋਨਾ ਬੀਜਣ ਦੀ, ਪਰ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ 2-3 ਤਰੀਕ ਨੂੰ ਅਨਾਊਂਸਮੈਂਟ ਹੋਈ ਹੈ, 2-3 ਜੂਨ ਨੂੰ ਅਨਾਊਂਸਮੈਂਟ ਹੋਈ ਹੈ ਵੀ 20 ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰਨਾ ਹੈ ਜੀ। 17-18 ਦਿਨ ਸੀਗੇ ਵਿੱਚ, ਔਰ ਦੂਜੇ ਪਾਸੇ ਮੇਰੇ ਖਿਆਲ ਨਾਲ ਮੈਨੂੰ ਲੱਗਦਾ ਵੀ ਬਿਜਲੀ ਪੂਰੀ ਮਿਲ ਰਹੀ ਹੈ ਹੁਣ ਤਾਂ 8 ਘੰਟੇ ਇਸ ਟਾਈਮ। ਹੁਣ ਫਾਰਮਰ ਕਿਤੇ ਕੋਈ ਪ੍ਰੋਬਲਮ ਹੋਵੇ ਕਿਸੇ ਤਰ੍ਹਾਂ ਦੀ ਤਾਂ ਪਤਾ ਨਹੀਂ, ਪਰ ਇਸ ਟਾਈਮ ਹੁਣ ਜਿਸ ਹਿਸਾਬ ਨਾਲ ਮੇਰੇ ਆਸੇ ਪਾਸੇ ਏਰੀਆ ਜਿੰਨਾ ਐਗਰੀਕਲਚਰ, ਤੁਹਾਡਾ ਇਲਾਕਾ ਕਾਂਗਰਸੀ ਹੈ ਨਾ, ਕੰਟਰੋਲ ਨਹੀਂ ਹੋਈ, ਹੁਣ ਜੇਲ੍ਹਾਂ ਦੇ ਉੱਤੇ ਤਾਂ ਕਹਿੰਦੇ ਅਸੀਂ ਫੋਰਸ ਲਾ ਦੇਣੀ ਆ, ਕੀ ਲੱਗਦਾ ਸਰਕਾਰ ਫੈਸਲੇ ਲੈਣ ਚ ਪੰਗੂ ਸਾਬਤ ਹੋ ਰਹੀ ਹੈ, ਉਹਦੇ ਪਿੱਛੇ ਤੁਹਾਨੂੰ ਕਾਰਨ ਕੀ ਦਿਖਦਾ? ਕੋਈ ਫੈਸਲਾ ਤਾਂ ਸਰਕਾਰ ਦਾ ਅਜਿਹਾ ਹੋਵੇ ਜਿਹੜਾ ਸਾਨੂੰ ਨਜ਼ਰ ਆਵੇ ਕਿ ਲੋਕ ਬੜੇ ਖੁਸ਼ ਹੋਏ। ਦੇਖੋ ਸਰਕਾਰ ਦੇ ਵਿੱਚ ਇਹ ਦਿਖਾਈ ਦੇ ਰਿਹਾ ਹੈ ਕਿ ਜਿਸ ਤਰ੍ਹਾਂ ਇੱਕ ਕਹਾਵਤ ਹੈ ਕਿ ਖੱਬਾ ਹੱਥ ਕੀ ਕਰ ਰਿਹਾ ਅਤੇ ਸੱਜੇ ਨੂੰ ਇਲਮ ਨਹੀਂ ਹੈ ਜੀ, ਸਰਕਾਰ ਦੀ ਇਹ ਹਾਲਤ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਉਦੋਂ ਰੌਲਾ ਪੈ ਰਿਹਾ ਸੀ ਰੇਤ ਮਾਫੀਏ ਦਾ ਜੀ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕਮੇਟੀ ਬਣਾ ਤੀ 3 ਮਿਨਿਸਟਰਾਂ ਦੀ ਕਿ ਇਹਦੇ ਉੱਤੇ ਰਿਪੋਰਟ ਦਿਓ ਕਿ ਜਿਹੜਾ ਮਾਈਨਿੰਗ ਹੈ ਅਤੇ ਉਹਦੇ ਵਿੱਚ ਕਿਸ ਤਰ੍ਹਾਂ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ, ਕਿਸ ਤਰ੍ਹਾਂ ਲੋਕਾਂ ਨੂੰ ਰੇਤਾ ਸਸਤਾ ਮਿਲਿਆ ਜਾ ਸਕਦਾ ਅਤੇ ਕਿਸ ਤਰ੍ਹਾਂ ਸਰਕਾਰ ਦਾ ਰੈਵਨਿਊ ਵੱਧ ਸਕਦਾ। ਨਵਜੋਤ ਸਿੰਘ ਸਿੱਧੂ ਕਹਿੰਦੇ ਸੀ 1000 ਰੁਪਏ ਦਾ ਦੇਵਾਂਗੇ। ਨਵਜੋਤ ਸਿੰਘ ਸਿੱਧੂ ਨੇ ਬੜਾ ਕੰਮ ਕੀਤਾ, ਦੇਖੋ ਉਸ ਬੰਦੇ ਦੀ ਤਾਰੀਫ ਸਾਰਾ ਪੰਜਾਬ ਕਰ ਰਿਹਾ ਜੀ, ਇਹ ਨਹੀਂ ਕਿ ਅਸੀਂ ਆਪ ਵਾਲੇ ਕਰਦੇ ਕੋਈ ਕਰ ਰਹੇ ਹਾਂ, ਸਾਰਾ ਪੰਜਾਬ ਉਸ ਬੰਦੇ ਦੀ ਤਾਰੀਫ ਕਰ ਰਿਹਾ ਕਿ ਉਹਨੇ ਜਿੰਨੇ ਵੀ ਸਟੈਪ ਚੁੱਕੇ ਉਹਦਾ ਉੱਥੇ ਸਾਰੀ ਜਗ੍ਹਾ ਵਿਰੋਧ ਹੋਇਆ। ਇਸ ਕਮੇਟੀ ਦੇ ਵਿੱਚ ਉਹਨੇ 3 ਮੈਂਬਰੀ 3 ਮਿਨਿਸਟਰਾਂ ਦੀ ਕਮੇਟੀ ਬਣਾ ਤੀ ਅਤੇ ਉਸ ਬੰਦੇ ਨੇ ਜਾ ਕੇ ਆਪਣੇ ਸਟੇਟ ਤੇਲੰਗਾਨਾ ਸਟੇਟ ਦੇ ਵਿੱਚ ਜੀ ਜਾ ਕੇ ਉਹਨੇ ਸਰਵੇ ਕਰਾਇਆ। ਤੇਲੰਗਾਨਾ ਸਟੇਟ ਨੇ ਰੈਵਨਿਊ ਜਿਹੜਾ ਹੈਗਾ ਉਸ ਤੋਂ 0 ਤੋਂ 1300-1400 ਕਰੋੜ ਰੁਪਈਆ ਰੇਤ ਬਜਰੀ ਤੋਂ ਇਕੱਠਾ ਕਰ ਲਿਆ ਜੀ, ਹਾਲਾਂਕਿ ਉਹਨਾਂ ਦੇ ਕੋਲ ਇੱਕ ਦਰਿਆ ਲੰਘਦਾ, ਸਾਡੇ ਕੋਲ 3 ਦਰਿਆ ਨੇ, ਇੱਕ ਘੱਗਰ ਵੀ ਹੈ, ਬਾਕੀ ਨਹਿਰਾਂ ਵੀ ਨੇ, ਸਾਡੇ ਰਿਵੂਲੇਟਸ ਬਹੁਤ ਨੇ। ਅਤੇ ਸਾਡੇ ਨਵਜੋਤ ਸਿੱਧੂ ਨੇ ਇਹ ਕਿਹਾ ਸੀਗਾ ਕਿ ਇਸ ਨੂੰ ਅਗਰ ਅਸੀਂ ਉਹੀ ਫਾਰਮੂਲਾ ਇੱਥੇ ਲਿਆ ਕੇ ਲਾ ਦਈਏ ਤਾਂ ਜਿਹੜਾ ਹੈਗਾ ਪੰਜਾਬ ਬਹੁਤ ਪੈਸਾ ਇਸ ਰੈਵਨਿਊ ਤੋਂ, ਸਾਡੇ ਕੋਲ ਹੋਰ ਤਾਂ ਕੁਛ ਹੈ ਨਹੀਂ ਗਾ, ਇੰਡਸਟਰੀ ਸਾਡੇ ਕੋਲ ਨਹੀਂ, ਐਗਰੀਕਲਚਰ ਸਾਡੀ ਫੇਲ, ਇੰਪਲਾਇਮੈਂਟ ਸਾਡਾ ਫੇਲ, ਸਾਡੇ ਕੋਲ 2 ਰਹਿ ਗਈਆਂ, ਪਾਣੀ ਸਾਡਾ ਮੁਫਤ ਜਾਂਦਾ, ਪਾਣੀ ਸਾਡਾ ਤਾਂ ਬਰਬਾਦ ਹੀ ਕਰਤਾ। 2 ਚੀਜ਼ਾਂ ਸਾਡੇ ਕੋਲ ਰਹਿ ਗਈਆਂ, ਇੱਕ ਰਹਿ ਗਈ ਮਾਈਨਿੰਗ ਇਲੀਗਲ, ਇੱਕ ਰਹਿ ਗਏ ਨਸ਼ੇ। 2 ਚੀਜ਼ਾਂ ਦੀ ਸੇਲ ਅੱਜ ਪੰਜਾਬ ਦੇ ਵਿੱਚ ਚੱਲ ਰਹੀ ਹੈ ਸ਼ਰਿਆਮ। ਅਤੇ ਜਿਹੜੀ ਸਿੱਧੂ ਦੀ ਗੱਲ ਉਹਦੇ ਨਾਲ ਵਿਚਾਰੇ ਨਾਲ ਜੋ ਹੋਈ, ਉਹਨੇ ਰਿਪੋਰਟ ਜਿਹੜੀ ਆ 3 ਮਿਨਿਸਟਰਾਂ ਨੇ ਜੋ ਸਿੱਧੂ ਨੇ ਕਿਹਾ ਪ੍ਰੈਸ ਦੇ ਵਿੱਚ ਕਿਹਾ ਕਿ 3 ਮਿਨਿਸਟਰਾਂ ਨੇ ਅਸੀਂ ਉਹ ਰਿਪੋਰਟ ਫਾਈਨਲਾਈਜ਼ ਕੀਤੀ, ਟਾਈਪ ਕਰਾ ਲਈ 3 ਨੇ ਪੜ੍ਹ ਕੇ ਉਹਨੂੰ ਫਾਈਨਲਾਈਜ਼ ਕੀਤਾ। ਉਹਨੇ ਵਿਸ਼ਵਾਸ ਇਹ ਕਰ ਲਿਆ ਕਿ ਉਹਨਾਂ ਮਿਨਿਸਟਰਾਂ ਦੇ ਉਹਦੇ ਉੱਤੇ ਸਾਈਨ ਨਹੀਂ ਕਰਨੇ, ਉਹਨੇ ਉਹਨਾਂ ਮਿਨਿਸਟਰਾਂ ਦੀ ਹਾਜ਼ਰੀ 'ਚ ਉਹੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਤੀ ਕੈਬਨਿਟ ਮੀਟਿੰਗ ਦੇ ਵਿੱਚ, ਅਤੇ ਉਹ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਾਪਤ ਕਰਕੇ ਨਾਲ ਉਹਨੂੰ ਸ਼ੋਰ ਵੀ ਕਰਤਾ ਵੀ ਲਓ ਜੀ ਰਿਪੋਰਟ ਸਾਡੇ ਕੋਲ ਆ ਗਈ, ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ। ਅਤੇ ਸਿੱਧੂ ਦੇ ਮੁਤਾਬਕ ਰੇਤਾ ਬਜਰੀ ਦੀ ਜੋ ਮਾਈਨਿੰਗ ਹੈ
ਇਸ ਨੂੰ ਅਗਰ ਸਰਕਾਰ ਰੈਗੂਲੇਟ ਕਰ ਲਵੇ ਅਤੇ ਸਰਕਾਰ ਖੁਦ ਇਸ ਨੂੰ ਵੇਚੇ, ਨਾ ਤਾਂ ਉੱਥੇ ਇਹ ਹੋਵੇ ਕਿ ਅਸੀਂ ਖੱਡ 5 ਏਕੜ ਦੀ ਦਿੱਤੀ ਅਤੇ ਉਹਨੇ 100 ਏਕੜ 'ਚੋਂ ਰੇਤਾ ਕੱਢ ਲਿਆ ਜੀ, ਅਤੇ ਸਰਕਾਰ ਨੇ ਕੱਢਣਾ 5 'ਚੋਂ ਕੱਢੇ 100 'ਚੋਂ ਕੱਢੇ, ਸਰਕਾਰ ਨੇ ਕੱਢਣਾ 9 ਫੁੱਟ ਜਾਵੇ 100 ਫੁੱਟ ਜਾਵੇ, ਅਤੇ ਇਸ ਕਰਕੇ ਸਰਕਾਰ ਵੱਧ ਤੋਂ ਵੱਧ ਇਹਨੂੰ ਸਲਾਈਡ ਕਰਕੇ ਅਤੇ ਪੰਜਾਬ ਦਾ ਜਿਹੜਾ 2 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਸਾਡੇ ਸਿਰ 'ਤੇ ਉਹ ਸਿੱਧੂ ਦੇ ਮੁਤਾਬਕ ਸਾਡਾ ਉਸ ਤੋਂ ਵੀ ਖੇੜਾ ਛੁੱਟਦਾ ਅਤੇ ਪੰਜਾਬ ਖੁਸ਼ਹਾਲ ਵੀ ਹੁੰਦਾ। ਹੁਣ ਇੱਥੇ ਕੀ ਜਿਹੜੀ ਆ ਰੁਕਾਵਟ ਕੀ ਆਉਂਦੀ ਆ, ਅਤੇ ਉਹ ਉਸ ਤੋਂ ਜਿਹੜੇ ਮੰਤਰੀਆਂ ਨੇ ਰਿਪੋਰਟ ਤਿਆਰ ਕੀਤੀ ਜੀ, ਉਹ ਆਪਣੇ ਤੌਰ 'ਤੇ ਤਾਂ ਕਹਿਣਗੇ ਨਹੀਂ, ਉਹਨਾਂ ਤੋਂ ਇਹ ਕਹਾਇਆ ਗਿਆ, ਕਹਾਇਆ ਹੁਣ ਤੁਸੀਂ ਦੇਖ ਲਓ ਕਿ ਮਨਿਸਟਰ ਕਿਸੇ MLA ਦੇ ਕਹਿਣ 'ਤੇ ਨਹੀਂ ਮੁਕਰੂਗਾ, ਕਿਸੇ ਸਾਥੀ ਮੰਤਰੀ ਦੇ ਕਹਿਣ 'ਤੇ ਨਹੀਂ ਮੁਕਰੂਗਾ, ਕਿਸੇ ਵੱਡੀ ਤਾਕਤ ਵੱਲੋਂ ਕਹਾਇਆ ਗਿਆ, ਸਾਰਾ ਕਿਸੇ ਪੰਜਾਬ ਦੇ ਸਭ ਤੋਂ ਵੱਡੀ ਤਾਕਤ ਦੇ ਤੋਂ ਆਇਆ, ਅਤੇ ਉਹਨਾਂ ਨੇ ਸਿੱਧੂ ਦੇ ਇਹ ਬਿਆਨ ਦੇ ਦਿੱਤਾ ਕਿ ਅਸੀਂ ਤਾਂ ਇਹ ਰਿਪੋਰਟ ਹੀ ਨਹੀਂ ਦੇਖੀ, ਸਾਡੇ ਇਹਦੇ ਦਸਤਖਤ ਨਹੀਂ, ਅਸੀਂ ਇਹਦੇ ਨਾਲ ਸਹਿਮਤ ਨਹੀਂ। ਅਤੇ ਉਹ ਰਿਪੋਰਟ ਜਿਹੜੀ ਪੰਜਾਬ ਨੂੰ ਬਚਾਉਣ ਵਾਲੀ ਸੀ, ਅਤੇ ਸਿੱਧੂ ਨੇ ਮਿਹਨਤ ਵੀ ਕੀਤੀ, ਉਹਨੇ 4-5 ਮਹੀਨੇ ਵੀ ਲਾਏ ਉਹਦੇ ਉੱਤੇ ਠੰਡੇ ਵਾਸਤੇ, ਉਹ ਠੰਡੇ ਵਾਸਤੇ ਵਿੱਚ ਪਾ ਦਿੱਤੀ ਗਈ। ਅਤੇ ਇਸ ਕਰਕੇ ਜਿਹੜਾ ਪੰਜਾਬ ਦਾ ਸਿਸਟਮ ਹੈ ਉਹ ਸੁਲਝ ਸਕਦਾ, ਬੰਦੇ ਵਿੱਚ ਚੰਗੇ 5-4 ਜਿਹੜੇ ਨੇ ਆ ਗਏ, ਮਨ ਤਕਰੀਬਨ ਫਾਈਨਾਂਸ ਮਿਨਿਸਟਰ ਵੀ ਠੀਕ ਸਹੀ ਹਾਲੇ ਚੱਲ ਰਿਹਾ, ਵਧੀਆ ਚੱਲ ਰਿਹਾ, ਅਤੇ ਦੂਸਰਾ ਨਵਜੋਤ ਸਿੰਘ ਸਿੱਧੂ ਵੀ ਠੀਕ ਚੱਲ ਰਿਹਾ, ਅਤੇ ਜੇਕਰ ਇਹਨਾਂ ਬੰਦਿਆਂ ਨੂੰ ਜਿਹੜਾ ਹੈਗਾ ਸਾਈਡਲਾਈਨ ਕਰਕੇ ਆਪਾਂ ਇੱਕ ਜਵਾਬ ਵੀ ਲੈ ਲਈਏ। ਗਗਨ ਜੀ, ਤੁਹਾਨੂੰ ਲੋਕਾਂ ਨੂੰ ਕਾਂਗਰਸ ਦੇ ਜਿਹੜੇ ਤੁਸੀਂ RTI ਵਾਲੇ ਲੋਕ ਹੋ, ਤੁਸੀਂ ਬਹੁਤ ਸੰਘਰਸ਼ ਕੀਤੇ ਅਕਾਲੀ ਦਲ ਦੇ ਖਿਲਾਫ, ਬੜੀਆਂ ਤੁਸੀਂ RTIਆਂ ਲਾਈਆਂ, ਤੁਹਾਨੂੰ ਬੜੀ ਆਸ ਸੀ ਕਿ ਜਦੋਂ ਸਾਡੀ ਸਰਕਾਰ ਆ ਜੂਗੀ ਤੇ ਇਹ ਸਾਰੇ ਮਸਲੇ ਨਿਬੜ ਜਾਣਗੇ। ਜਦੋਂ ਨਵਜੋਤ ਸਿੰਘ ਸਿੱਧੂ ਦੀ ਵਾਰੀ ਆਉਂਦੀ ਹੈ, ਤੁਹਾਡੇ ਬਹੁਤ ਸਾਰੇ ਲੀਡਰ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਪੈ ਜਾਂਦੇ ਨੇ, ਕਾਰਨ ਕੀ ਹੈ? ਡਰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕਿਤੇ ਕੈਪਟਨ ਅਮਰਿੰਦਰ ਨੂੰ ਪਛਾੜ ਕੇ ਮੁੱਖ ਮੰਤਰੀ ਨਾ ਬਣ ਤੁਹਾਡੇ ਲੀਡਰਾਂ ਨੂੰ ਕਾਂਗਰਸ ਦੇ? ਦੇਖੋ ਜੀ, ਮੁੱਖ ਮੰਤਰੀ ਬਣਨਾ ਜਾਂ ਮੰਤਰੀ ਬਣਨਾ ਇਹ ਤਾਂ ਕਿਸਮਤ ਦੀਆਂ ਗੱਲਾਂ ਨੇ, ਅਤੇ ਜੇ ਸਿੱਧੂ ਸਾਹਿਬ ਦੀ ਕਿਸਮਤ 'ਚ ਲਿਖਿਆ ਵੀ ਮੁੱਖ ਮੰਤਰੀ ਬਣਨਾ, ਫਿਰ ਬਣਨਗੇ, ਫਿਰ ਕੋਈ ਰੋਕ ਨਹੀਂ ਸਕਦਾ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਅਤੇ ਚਾਹੇ ਪਾਰਟੀ ਪ੍ਰੈਜੀਡੈਂਟ ਰਾਹੁਲ ਗਾਂਧੀ ਹੋਣ। ਜੇ ਰੱਬ ਨੇ ਲਿਖਤਾ ਕਿ ਨਵਜੋਤ ਸਿੰਘ ਸਿੱਧੂ ਜੀ ਨੇ CM ਬਣਨਾ, ਤਾਂ ਫਿਰ ਬਣ ਹੀ ਜਾਣਾ, ਇਹ ਪਤਾ ਨਹੀਂ ਕਦੋਂ ਇਹ ਦੇਸ਼ ਹੋ ਜਾਣਾ। ਕਾਂਗਰਸੀਆਂ ਨੂੰ ਕਿੰਨਾ ਕੁ ਚੰਗਾ ਲੱਗਦਾ ਨਵਜੋਤ ਸਿੰਘ ਸਿੱਧੂ, ਜਿਹੜੇ ਸਧਾਰਨ ਕਾਂਗਰਸੀ? ਦੇਖੋ, ਕਿਸੇ ਬਾਰੇ ਮੈਂ ਕਹਿ ਨਹੀਂ ਸਕਦਾ। ਨਹੀਂ, ਜਦੋਂ ਇਹ ਕਹਿੰਦੇ ਨੇ ਕਿ ਮੈਂ ਰੇਤੇ ਦੀ ਟਰਾਲੀ 1000 ਰੁਪਏ ਦੀ ਕਰ ਦੂੰ, ਜੇ ਸਰਕਾਰ ਚਾਹੇ ਤਾਂ ਸਾਰਾ ਕੁਛ ਹੋ ਸਕਦਾ ਜੀ, ਕੀ ਨਹੀਂ ਹੋ ਸਕਦਾ ਜੀ? ਜੇ ਇੱਕ ਛੋਟੀ ਜਿਹੀ ਸਟੇਟ ਤੇਲੰਗਾਨਾ ਇੰਨਾ ਰੈਵਨਿਊ ਕ੍ਰੀਏਟ ਕਰ ਸਕਦੀ ਹੈ ਤਾਂ ਪੰਜਾਬ ਤਾਂ ਫਿਰ ਐਡਾ ਵੱਡਾ, ਅਤੇ ਸਾਰਾ ਕੁਛ ਹੋ ਸਕਦਾ ਜੇ ਮਤਲਬ ਕਰਨ 'ਤੇ ਆ ਜਾਈਏ। ਅਤੇ ਹੋਣਾ ਕਿਵੇਂ, ਇਹ ਤਾਂ ਹੁਣ ਸਰਕਾਰ ਨੂੰ ਪਤਾ ਹੈ, ਕੈਬਨਿਟ ਨੂੰ ਪਤਾ ਹੈ, ਜਾਂ ਜਿਹੜੇ ਟੌਪ ਬਿਊਰੋਕਰੇਟਸ ਨੇ ਉਹਨਾਂ ਨੂੰ ਪਤਾ ਵੀ ਕਿਵੇਂ ਇੰਪਲੀਮੈਂਟੇਸ਼ਨ ਕਰਾਉਣੀ ਹੈ ਜੀ। ਰੇਤੇ ਦੀ ਟਰਾਲੀ ਜਦੋਂ ਖਰੀਦਦੇ ਨੇ ਲੋਕ, ਲੋਕਾਂ ਦਾ ਦਰਦ ਮਹਿਸੂਸ ਹੁੰਦਾ? ਆ ਦੇਖੋ, ਦਰਦ ਤਾਂ ਮਹਿਸੂਸ ਹੁੰਦਾ ਜੀ, ਮੈਂ ਤਾਂ ਆਪ ਤੁਹਾਨੂੰ ਕਹਿ ਰਿਹਾ ਵੀ 6-10 ਹਜ਼ਾਰ ਦੇ ਵਿੱਚ ਹੋਣੀ ਚਾਹੀਦੀ ਹੈ। ਅਸੀਂ ਆਪ ਖਰੀਦਦੇ ਹਾਂ, ਮੇਰੀ ਇਹ ਲਾਈਨ ਹੈ ਕੰਸਟਰਕਸ਼ਨ ਵਾਲੀ, ਸਾਨੂੰ ਆਪ 23-26 ਹਜ਼ਾਰ ਦੀ ਮਿਲ ਰਹੀ ਹੈ ਟਿੱਪਰ ਜੀ, ਆਪ ਕਹਿ ਰਹੇ ਵੀ ਮੈਂ ਖੁਦ 23-26 ਹਜ਼ਾਰ ਦੀ ਖਰੀਦ ਰਿਹਾ ਜੀ ਟਿੱਪਰ, 23-26 ਹਜ਼ਾਰ ਦਾ ਟਿੱਪਰ। ਸੋ ਯਾਦ ਆਉਂਦਾ ਸਿਮਰਜੀਤ ਬੈਂਸ ਵੀ, ਸਿਮਰਜੀਤ ਬੈਂਸ ਨੇ ਵੀ ਰੇਤੇ ਦੀ ਦੁਕਾਨ ਲਾਈ ਸੀ ਵਿਧਾਨ ਸਭਾ ਦੇ ਬਾਹਰ, ਪਰ ਉਹ ਦੁਕਾਨ ਛੇਤੀ ਚੱਕ ਲਈ ਸਿਮਰ ਬੈਂਸ ਨੇ। ਸੋ ਦੁਕਾਨਾਂ ਜ਼ਿਆਦਾ ਦੇਰ ਲੱਗੀਆਂ ਰਹਿਣ ਤਾਂ ਕਿ ਸਰਕਾਰ ਦੇ ਜ਼ਹਿਨ 'ਚ ਵਾਰ ਵਾਰ ਇਹ ਘੰਟੀਆਂ ਜ਼ਰੂਰ ਖੜਕਣ ਕਿ ਲੋਕਾਂ ਨੇ ਸਾਡੇ ਤੋਂ ਆਸਾਂ ਕੀ ਲਾਈਆਂ ਸੀ ਅਤੇ ਅਸੀਂ ਕਰ ਕੀ ਰਹੇ ਹਾਂ। ਵੈਸੇ ਸਿਆਣੇ ਕਹਿੰਦੇ ਨੇ ਕਿ ਸਾਰੇ ਹਿਸਾਬ ਮਨੁੱਖ ਦੀ ਜ਼ਿੰਦਗੀ 'ਚ ਇੱਥੇ ਹੀ ਹੋ ਜਾਂਦੇ ਨੇ, ਸ਼ਾਇਦ ਕਦੀ ਇਹ ਫਾਰਮੂਲਾ ਸਰਕਾਰਾਂ 'ਤੇ ਵੀ ਲਾਗੂ ਹੋਵੇ ਕਿ ਸਰਕਾਰਾਂ ਦੇ 5 ਸਾਲ ਦੇ ਕਾਰਜਕਾਲ ਦੇ ਦਰਮਿਆਨ ਹੀ ਉਹਨਾਂ ਦੇ ਕੀਤੇ ਦਾ ਹਿਸਾਬ ਕਿਤਾਬ ਹੋ ਜਾਏ, ਫਿਰ ਸ਼ਾਇਦ ਲੋਕਾਂ ਨੂੰ ਮਾਨਸਿਕ ਤੌਰ 'ਤੇ ਸ਼ਾਂਤੀ ਜ਼ਰੂਰ ਮਿਲੂਗੀ ਵੀ ਚਲੋ ਸਰਕਾਰ ਨੇ ਮਾੜਾ ਕੀਤਾ ਸੀ, ਸਰਕਾਰ ਨਾਲ ਮਾੜਾ ਹੋ ਗਿਆ। ਪਰ ਸਾਡੇ ਸਥਿਤੀਆਂ ਇਹ ਨੇ ਕਿ ਸਰਕਾਰਾਂ ਬਦਲ ਜਾਂਦੀਆਂ ਨੇ ਅਤੇ ਚੰਗੀ ਸਰਕਾਰ ਦੀ ਆਸ ਜਿਹੜੀ ਨਵੀਂ ਆਉਂਦੀ ਹੈ
ਉਹ ਮਾੜੇਪਨ ਦਾ ਰਿਕਾਰਡ ਪਹਿਲਾਂ ਨਾਲੋਂ ਵੀ ਜ਼ਿਆਦਾ ਬਣਾ ਕੇ ਜਾਂਦੀ ਹੈ। ਇਹੀ ਸ਼ਾਇਦ ਪੰਜਾਬ ਦੀ ਬਦਕਿਸਮਤੀ ਹੈ। ਔਰ ਅੱਜ 26 ਜੂਨ ਨੂੰ ਜਦੋਂ ਬੀਜੇਪੀ ਵਾਲੇ ਪੂਰੇ ਦੇਸ਼ ਦੇ ਵਿੱਚ ਕਾਂਗਰਸ ਨੂੰ ਨਿੰਦੀ ਜਾਂਦੇ ਕਿ 1975 'ਚ 26 ਜੂਨ ਨੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ ਸੀ, ਅੱਜ ਵੀ ਉਹ ਕੜੱਤਨ ਉਗਲ ਰਹੇ ਨੇ ਉਸ ਐਮਰਜੈਂਸੀ ਨੂੰ ਲੈ ਕੇ, ਪਰ ਅੱਜ ਦੀ ਐਮਰਜੈਂਸੀ ਵਾਲੇ ਪਾਸੇ ਕਿਸੇ ਦਾ ਖਿਆਲ ਨਹੀਂ। ਹਾਲਾਤ ਅੱਜ ਵੀ ਅਣਐਲਾਨੀ ਐਮਰਜੈਂਸੀ ਵਾਲੇ ਨੇ। ਜੇ ਮੋਦੀ ਸਾਹਿਬ ਮਨ ਕੀ ਬਾਤ ਦੇ ਵਿੱਚ ਇਹ ਗੱਲ ਦਾ ਜ਼ਿਕਰ ਕਰ ਦੇਣ ਤਾਂ ਬੜਾ ਚੰਗਾ ਲੱਗੂਗਾ ਕਿ ਅਸੀਂ ਫੌਜ ਲਾ ਦਈਏ। ਮੈਨੂੰ ਲੱਗਦਾ ਹੋਰ ਕੋਈ ਹੱਲ ਨਹੀਂ ਫੌਜ ਤੋਂ ਬਿਨਾਂ, ਕਿਉਂਕਿ ਆਖਰੀ ਉਮੀਦ ਫੌਜ ਹੀ ਹੈ। ਬੀਜੇਪੀ ਵਾਲਿਆਂ ਦਾ ਵੀ ਤਜਰਬਾ ਤੁਸੀਂ ਦੇਖ ਲਿਆ, ਜੰਮੂ ਕਸ਼ਮੀਰ 'ਚ ਅੰਤ 'ਚ ਫੌਜ ਹੀ ਲਾਉਣੀ ਪਈ ਹੈ। ਬਹੁਤ ਬਹੁਤ ਧੰਨਵਾਦ ਦਰਸ਼ਨ ਸਿੰਘ ਜੀ, ਉਚੇਚੇ ਤੌਰ 'ਤੇ ਤੁਸੀਂ ਵਕਤ ਕੱਢਿਆ, ਸਟੂਡੀਓ ਦੇ ਵਿੱਚ ਆਏ। ਗਗਨਦੀਪ ਜੀ, ਤੁਹਾਡੀਆਂ ਬੇਵਾਕ ਟਿੱਪਣੀਆਂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।